ਨਾਲ ਇੱਕੋ ਹੀ ਹੈ ਜੀ, ਸਾਨੂੰ ਵਰਕਰ ਜਾਤਾਂ ਤੋਂ ਜਾਏ, ਜੇ ਵਰਕਰ ਜਾਏਗੇ ਤਾਂ ਔਰ ਆ ਜਾਏਗੇ। ਕੀ ਸਾਨੂੰ ਉੱਥੇ ਜਾ ਰਹੀਆਂ ਨਹੀਂ ਭੁੱਖੋ ਸੁਝਾ, ਉੱਥੇ ਜਾ ਕੇ ਛੱਡ ਕੇ ਗਏ ਹਾਂ। ਤਾਂ ਨਹੀਂ ਹੈ ਵੀ ਇਕੱਲਾ ਅਰਵਿੰਦ ਕੇਜਰੀਵਾਲ ਹੀ ਸੱਚਾ ਸੁੱਚਾ, ਬਾਕੀ ਸਾਰੇ ਥੱਲੇ ਜਿਹੜੇ ਹੈ ਬੇਈਮਾਨੀ ਹੈ। ਆਪਣਾ ਗ੍ਰਾਫ ਡਿੱਗਿਆ, ਆਪਾਂ ਦੁਬਾਰਾ ਉਹਨਾਂ ਨੂੰ ਉਹ ਵਰਕਰ ਨੂੰ ਮਲਾਗੀਏ ਚਲਾਈਏ, ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਵਿਧਾਨ ਸਭਾ ਹਲਕਾ ਮਲੋਟ ਦੇ ਵਿੱਚ ਆਮ ਆਦਮੀ ਪਾਰਟੀ, ਜਿਸ ਨੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਿਨ ਰਾਤ ਇੱਕ ਕਰਕੇ ਇੱਕ ਵੱਖਰੀ ਜਿਹੜੀ ਹੈ ਥਾਂ ਇਹ ਵਿਧਾਨ ਸਭਾ ਹਲਕੇ ਦੇ ਵਿੱਚ ਬਣਾਈ ਸੀ, ਅਤੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਜਿਹੜੇ ਰਹੇ ਨੇ ਰਮੇਸ਼ ਅਰਨੀਵਾਲਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਇਹ ਰਿਹਾ ਹੈਗਾ, ਯਾਨੀ ਕਿ ਆਮ ਆਦਮੀ ਪਾਰਟੀ ਨੂੰ ਛੱਡਣ ਦਾ। ਮਲੋਟ ਦੇ ਵਿੱਚ ਪੂਰੀ ਤਰ੍ਹਾਂ ਸਫਾਇਆ ਯਾਨੀ ਕਿ ਹੋ ਗਿਆ, ਕਿਉਂਕਿ ਇਹ ਵਰਕਰ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਸੀ ਮੈਂਬਰਸ਼ਿਪ ਲਈ, ਲੋਕਾਂ ਨੂੰ ਵੋਟਾਂ ਲਈ ਅਤੇ ਪਾਰਟੀ ਨਾਲ ਜੋੜਨ ਲਈ ਦਿਨ ਰਾਤ ਇੱਕ ਕੀਤਾ ਸੀ, ਸਾਡੇ ਨਾਲ ਨੇ ਰਮੇਸ਼ ਅਰਨੀਵਾਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ। ਵੀ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਿਆ, ਤੁਸੀਂ ਜਿਹੜੇ ਸੀਨੀਅਰ ਲੀਡਰ ਸੀਗੇ ਉਹਨੂੰ ਛੱਡ ਚੁੱਕੇ, ਕੀ ਕਾਰਨ? ਕਾਰਨ ਇਹ ਜੀ, ਆਮ ਆਦਮੀ ਪਾਰਟੀ ਜਦੋਂ ਹੋਂਦ 'ਚ ਆਈ ਸੀਗੀ, ਇੱਕ ਨਵਾਂ ਬਦਲਾਵ ਦੀ ਉਮੀਦ ਸੀਗੀ ਵੀ ਜੋ ਕੁਛ ਹੋਊਗਾ ਇੱਕ ਵਧੀਆ ਬਦਲਾਵ ਆਊਗਾ, ਕਿ ਸਮਾਜ ਨੂੰ ਇੱਕ ਬਹੁਤ ਚੰਗੀ ਸਿਆਸਤੀ ਪਾਰਟੀ ਦੀ ਲੋੜ ਆ ਉਹ ਹੋਊਗੀ। ਪਰ ਜਿਵੇਂ ਜਿਵੇਂ ਅਸੀਂ ਵੀ 1 ਜਨਵਰੀ 2014 ਨੂੰ ਇਹ ਪਾਰਟੀ ਜੁਆਇਨ ਕੀਤੀ ਸੀ, ਔਰ ਉਦੋਂ ਹੀ ਅਸੀਂ ਸਾਨੂੰ ਕੋਈ ਇਹ ਨਹੀਂ ਸੀ ਵੀ ਅਸੀਂ ਇਸ ਪਾਰਟੀ ਦੇ ਵਿੱਚ ਕੋਈ ਚੌਧਿਆਂ 'ਤੇ ਜਾਣਾ, ਅਤੇ ਨਾ ਹੀ ਸਾਨੂੰ ਐਸੀ ਵੀ ਅਸੀਂ ਇਸ ਪਾਰਟੀ ਦਾ ਇੱਥੋਂ ਕੋਈ ਇਲੈਕਸ਼ਨ ਲੜਨਾ। ਅਸੀਂ ਪਾਰਟੀ ਦੀ ਲੋੜ ਨੂੰ ਸਮਝਦੇ ਹੋਏ ਦਿਨ ਰਾਤ ਮਿਹਨਤ ਕੀਤੀ ਬਦਲਾਅ ਵਾਸਤੇ ਵੀ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੋਵੇ, ਪਰ ਉਸ ਮਿਹਨਤ ਨੂੰ ਫਲ ਲੱਗਿਆ ਔਰ 2017 ਦੀਆਂ ਚੋਣਾਂ ਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਲੀਡ 'ਤੇ, ਹੋ ਸਕਦਾ ਵੀ ਜਿੱਤ ਵੀ ਸਕਦੇ ਸੀ, ਪਰ ਨਿੱਕੀਆਂ ਮੋਟੀਆਂ ਕਮੀਆਂ ਕਾਰਨ ਅਸੀਂ ਬਿਲਕੁਲ ਨੇੜੇ ਜਾ ਕੇ ਹਾਰ ਗਏ। ਉਸ ਤੋਂ ਬਾਅਦ ਪਾਰਟੀ ਦੇ ਵਿੱਚ ਜਿਵੇਂ ਜਿਵੇਂ ਅਸੀਂ ਗਾਂਹ ਵਧੇ ਤਾਂ ਜੋ ਵੀ ਰਾਜ ਸੀ ਆਗੂ ਸਟੇਟ ਬੋਡੀ ਬਣੀ, ਉਹਨਾਂ ਨੇ ਕੋਈ ਇਹੋ ਜਿਹਾ ਜ਼ਿਆਦਾ ਪਤਾ ਲੱਗਾ ਵੀ ਇਹ ਪਾਰਟੀ ਉਹ ਸੋਚ ਤੋਂ ਥਿੜਕ ਚੁੱਕੀ ਹੈ। ਜਿਵੇਂ ਜਿਵੇਂ ਆ ਗਏ ਕੁਛ ਇਲੈਕਸ਼ਨਾਂ ਦੇ ਵਿੱਚ, ਵੋਟਾਂ ਵੇਲੇ ਵੀ ਹੋਇਆ, ਟਿਕਟਾਂ ਦੀ ਵੰਡ ਵੇਲੇ ਵੀ ਬਹੁਤ ਗਲਤੀਆਂ ਹੋਈਆਂ, ਪਰ ਉਸ ਤੋਂ ਬਾਅਦ ਤਾਂ ਫਿਰ ਲਗਾਤਾਰ ਜ਼ਿਆਦਾ ਗਲਤੀਆਂ ਹੁੰਦੀਆਂ ਰਹੀਆਂ, ਅਤੇ ਵਰਕਰਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸੀ ਉਹਨਾਂ ਨੂੰ ਇਗਨੋਰ ਕੀਤਾ ਜਾਣ ਲੱਗਾ, ਅਤੇ ਜਿਹੜੇ ਲੋਕ ਸੀ ਵੱਡੀਆਂ ਗੱਡੀਆਂ ਲੈ ਕੇ ਉਹਨਾਂ ਦੇ ਕੋਲ ਚੰਡੀਗੜ੍ਹ ਪਹੁੰਚ ਜਾਂਦੇ ਸੀ ਜਾਂ ਉਹਨਾਂ ਦੇ ਘਰਾਂ ਦੇ ਵਿੱਚ ਹਾਜ਼ਰੀ ਭਰਦੇ ਸੀ, ਸਿਰਫ ਉਹਨਾਂ ਦੀ ਪਾਰਟੀ ਉਬਾਲ ਕੇ ਰਹਿ ਗਈ। ਹੋਰ ਵਰਕਰਾਂ ਜਿਹੜੀ ਜ਼ਮੀਨੀ ਹਕੀਕਤ ਸੀ, ਜੋ ਜ਼ਮੀਨ ਨਾਲ ਵਰਕਰ ਜੁੜੇ ਸੀ, ਜੋ ਉਹਨਾਂ ਨੇ ਘਰ ਘਰ ਜਾ ਕੇ ਵਾਅਦੇ ਕੀਤੇ ਸੀ, ਉਹਦੇ ਨਾਲੋਂ ਇਹ ਟੁੱਟਦੇ ਗਏ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਜੋ ਵੀ ਪੰਜਾਬ ਦੀ ਇਹ ਲੀਡਰਸ਼ਿਪ ਹੈ ਇਹ ਬਿਲਕੁਲ ਵਰਕਰਾਂ ਨੂੰ ਇਗਨੋਰ ਕਰ ਰਹੀ ਹੈ, ਅਤੇ ਅੱਗੇ ਤੋਂ ਵੀ ਸ਼ਾਇਦ ਇਹੀ ਕਰ ਰਹੀ ਹੈ, ਕੋਈ ਸੁਣਵਾਈ ਨਹੀਂ ਕਰ ਰਹੀ ਵਰਕਰਾਂ ਦੀ। ਇਹਦੇ ਲਈ ਕਿਹਨੂੰ ਤੁਸੀਂ ਮੰਨਦੇ ਹੋ ਜ਼ਿਆਦਾ ਦੋਸ਼ੀ, ਕਿਹਨੂੰ ਮੰਨਦੇ ਹੋ, ਅਰਵਿੰਦ ਕੇਜਰੀਵਾਲ ਨਾਲ ਜਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ? ਜੀ, ਅਸੀਂ ਇਹਦੇ ਵਿੱਚ ਇੱਕ ਦੋਸ਼ੀ ਤਾਂ ਨਹੀਂ ਕਹਿ ਸਕਦੇ, ਅਰਵਿੰਦ ਕੇਜਰੀਵਾਲ ਨੂੰ ਇੱਕ ਜੋ ਵੀ ਇੱਕ ਉਹਦਾ ਸ਼ਾਸਨ ਕਾਲ ਹੈ ਜੋ ਉਹਨੇ ਦਿੱਲੀ ਦੇ ਵਾਸਤੇ ਵਾਅਦੇ ਕੀਤੇ ਸੀ, ਉਹ ਦਿੱਲੀ ਦੇ ਵਿੱਚ ਇੱਕ ਵਧੀਆ ਰਾਜ ਚਲਾ ਰਿਹਾ ਸੀ, ਅਸੀਂ ਉਹਨਾਂ ਦੀ ਇਮਾਨਦਾਰੀ 'ਤੇ ਜਾਂ ਉਸਦੇ ਸ਼ਾਸਨ 'ਤੇ ਕੋਈ ਉਂਗਲੀ ਨਹੀਂ ਉਠਾਉਂਦੇ, ਪਰ ਉਸਦੇ ਨਾਂ ਹੇਠ ਅਸੀਂ ਇੱਕ ਬੰਦੇ ਦੇ ਨਾਂ ਹੇਠ ਜਿਹੜੇ ਹੋਰ ਹਜ਼ਾਰਾਂ ਲੋਕ ਜਾਂ ਹੋਰ ਸੈਂਕੜੇ ਦੇ ਲੀਡਰ ਬਣੇ ਆ ਉਹਦੇ ਨਾਂ ਨੂੰ ਵਰਤ ਕੇ ਆਪ ਰੁਤਬਾ ਬੁਲਾ ਰਹੇ ਆ, ਉਹਦੇ ਵਿੱਚ ਬਿਲਕੁਲ ਤਾਂ ਪੰਜਾਬ ਵਾਸਤੇ ਤਾਂ ਪੰਜਾਬ ਬੋਡੀ ਹੈ ਜਿਹੜੀ ਉਹੀ ਇਸਦੀ ਹੈਗੀ ਜ਼ਿੰਮੇਵਾਰ ਹੈ, ਜਿਹਨੇ ਪੰਜਾਬ ਦੇ ਵਰਕਰਾਂ ਨੂੰ ਬਿਲਕੁਲ ਦਰਕਿਨਾਰ ਕਰ ਰਹੀ ਹੈ। ਅਤੇ ਮੈਂ ਇੱਕ ਹੋਰ ਵੀ ਵੇਖਣ ਨੂੰ ਮਿਲ ਰਿਹਾ ਵੀ ਜਿਵੇਂ ਅਗਰ ਆਪਾਂ ਪੰਜਾਬ ਨੈਸ਼ਨਲ ਲੈਵਲ 'ਤੇ ਗੱਲ ਕਰੀਏ ਤਾਂ ਵੀ ਜਦੋਂ ਵੀ ਦਿੱਲੀ ਤੋਂ ਬਾਹਰ ਕਿਤੇ ਵੀ ਪਾਰਟੀ ਨੇ ਉਭਰਨ ਦੀ ਕੋਸ਼ਿਸ਼ ਕੀਤੀ ਆ, ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਦੀ ਲਈਏ ਤਾਂ ਬਿਲਕੁਲ ਟਾਈਮ 'ਤੇ ਆ ਕੇ ਸੁੱਚਾ ਸਿੰਘ ਛੋਟੇਪੁਰ ਨੂੰ ਉਹਨਾਂ ਨੇ ਬਾਹਰ ਕੱਢਿਆ ਗਿਆ ਅਤੇ ਪਾਰਟੀ ਨੂੰ ਡਾਊਨ ਕੀਤਾ ਗਿਆ। ਉਸ ਤੋਂ ਬਾਅਦ ਤੁਸੀਂ ਰਾਜਸਥਾਨ 'ਚ ਵੇਖੋ, ਰਾਜਸਥਾਨ ਦੇ ਵਿੱਚ ਕੁਮਾਰ ਵਿਸ਼ਵਾਸ ਨੇ ਜਦੋਂ CYSS ਦੀਆਂ ਚੋਣਾਂ ਹੋਈਆਂ ਤਾਂ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਕਾਫੀ ਮੱਲਾਂ ਮਾਰੀਆਂ ਉੱਥੋਂ ਦੇ ਮੁੰਡਿਆਂ ਨੇ, ਤਾਂ ਉਹ ਇੱਕ ਲਹਿਰ ਜੀ ਬਣ ਗਈ, ਪਰ ਜਦੋਂ ਲਹਿਰ ਉੱਠਣ ਲੱਗੀ ਤਾਂ ਕੁਮਾਰ ਵਿਸ਼ਵਾਸ ਨੂੰ ਸਾਈਡ 'ਤੇ ਕਰਕੇ ਉਸ ਲਹਿਰ ਨੂੰ ਖਤਮ ਕਰਕੇ ਫਿਰ ਸ਼ਾਇਦ ਹੋਰ ਕਿਸੇ ਪਾਰਟੀ ਨੂੰ ਫਾਇਦਾ ਉਠਾਇਆ। ਉਹ ਇਹੀ ਲਹਿਰ ਹਰੇਕ ਸੂਬੇ ਦੇ ਵਿੱਚ ਖੜੀ ਕੀਤੀ ਜਾਂਦੀ ਹੈ, ਔਰ ਜਦੋਂ ਵੀ ਵਿਧਾਨ ਸਭਾ ਚੋਣਾਂ ਆਉਂਦੀਆਂ ਉਸ ਦੇ ਨੇੜੇ ਜਾ ਕੇ ਉਹਨੂੰ ਪਤਾ ਨਹੀਂ ਕਿਉਂ ਖਤਮ ਕੀਤਾ ਜਾਂਦਾ ਹੈ। ਇਸ ਦਾ ਕੋਈ ਆਪਣੀ ਜੋ ਨੈਸ਼ਨਲ ਲੀਡਰਸ਼ਿਪ ਹੈ ਕੋਈ ਦੂਸਰੀਆਂ ਪਾਰਟੀਆਂ ਨਾਲ ਸਮਝੌਤਾ ਕਰ ਚੁੱਕੀ ਹੈ ਜਾਂ ਕੁਛ ਵੀ ਹੈ, ਜਾਂ ਉਹ ਦਿੱਲੀ ਵੱਟੇ
ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਲਹਿਰ ਖੜੀ ਕਰਕੇ ਖਤਮ ਕਰਕੇ ਕਿਸੇ ਦਾ ਪੱਖ ਪੂਰ ਰਹੀ ਹੈ, ਇਹ ਕੁਛ ਲੰਮੀ ਸੋਚਣ ਦੀ ਗੱਲ ਹੈ ਵੀ ਕਿਉਂ ਹੋ ਰਿਹਾ। ਇਸ ਵਾਰ ਹੋ ਜ਼ਰੂਰੀ ਆ ਵੀ ਜਦੋਂ ਕਿਸੇ ਵੀ ਸਟੇਟ 'ਚ ਲਹਿਰ ਖੜੀ ਕਰਨੀ ਉਹ ਜਮ੍ਹਾਂ ਐਨ ਮੌਕੇ 'ਤੇ ਆ ਕੇ ਜਦੋਂ ਵੀ ਚੋਣਾਂ ਆਉਂਦੀਆਂ ਨੇ ਉਦੋਂ ਉਹਨੂੰ ਲਹਿਰ ਨੂੰ ਖਤਮ ਕਰ ਦੇਣਾ, ਉਸ ਦਾ ਫਾਇਦਾ ਦੂਜੀਆਂ ਪਾਰਟੀਆਂ ਨੂੰ ਮਿਲਦਾ। ਔਰ ਇਸ ਦੇ ਸਮਝੌਤੇ ਹੋ ਸਕਦਾ ਥੋੜ੍ਹੇ ਦਿਨਾਂ 'ਚ ਵਧਾ ਆਪਣੇ ਐਮ ਪੀ ਇਲੈਕਸ਼ਨ ਦੇ ਵਿੱਚ ਸਾਹਮਣੇ ਵੀ ਆਉਣਗੇ ਵੀ ਇਹ ਪਾਰਟੀ ਦੇ ਕਿਉਂ ਕਰਦੇ ਰਹੀ। ਔਰ ਮੇਰੇ ਹਿਸਾਬ ਨਾਲ ਤਾਂ ਅਰਵਿੰਦ ਕੇਜਰੀਵਾਲ ਜੋ ਆਪਣੀ ਦਿੱਲੀ ਨੂੰ ਵਧੀਆ ਸੁਧਾਰਨ ਵਾਸਤੇ ਇਹ ਲੱਗਿਆ ਹੋਇਆ, ਉਹ ਪੂਰੇ ਹਿੰਦੁਸਤਾਨ ਦੀ ਲਹਿਰ ਨੂੰ ਖਤਮ ਖੜਾ ਕਰਕੇ ਉਹ ਅੱਜ ਖਤਮ ਕਰਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਮਝੌਤੇ ਦੇ ਤਹਿਤ ਉਹ ਦਿੱਲੀ ਦੇ ਵਿੱਚ ਹੀ ਰਾਜ ਕਰੇ ਅਤੇ ਦਿੱਲੀ ਨੂੰ ਇੱਕ ਵਧੀਆ ਬਣਾਵੇ। ਔਰ ਮੈਂ ਵੀ ਇਹ ਚਾਹੁੰਦਾ ਵੀ ਜਿਹੋ ਜਿਹਾ ਮੁੱਖ ਮੰਤਰੀ ਦਿੱਲੀ ਨੂੰ ਮਿਲਿਆ ਇਹੋ ਜਿਹਾ ਮੁੱਖ ਮੰਤਰੀ ਹਰੇਕ ਸਟੇਟ 'ਚ ਹੋਵੇ, ਹਰੇਕ ਪੰਜਾਬ 'ਚ ਹੋਵੇ, ਜਿਵੇਂ ਉਹ ਇੱਕ ਆਪਣੇ ਦਿੱਲੀ ਖਾਤਰ ਪੂਰੇ ਹਿੰਦੁਸਤਾਨ ਨੂੰ ਗਦੀ ਗੇੜ 'ਚ ਪਾ ਕੇ ਸਾਰੇ ਉਹ ਲੋਕਾਂ ਦੇ ਜਜ਼ਬਾਤਾਂ ਦਾ ਸੌਦਾ ਕਰ ਰਿਹਾ। ਇਹੋ ਜਿਹਾ ਹੋਵੇ ਜੋ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੋਵੇ ਅਤੇ ਪੰਜਾਬ ਨੂੰ ਇੱਕ ਵਧੀਆ ਤਰੀਕੇ ਨਾਲ ਪੰਜਾਬ ਦਾ ਕੋਈ ਵਧੀਆ ਮੁੱਖ ਮੰਤਰੀ ਪੈਦਾ ਹੋਵੇ ਤਾਂ ਜਾ ਕੇ ਪੰਜਾਬ ਦੇ ਹਾਲਾਤ ਸੁਧਰ ਸਕਣ। ਅਤੇ ਬਹੁਤ ਵੱਡਾ ਇਲਜ਼ਾਮ ਹੈ ਸਾਡੇ ਨਾਲ ਫਾਊਂਡਰ ਮੈਂਬਰ ਪਰਮਜੀਤ ਗਿੱਲ ਨੇ, ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਖੜ੍ਹਾ ਕਰਨ ਵਾਸਤੇ, ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ, ਉਸ ਹਲਕੇ ਦੇ ਵਿੱਚ ਪਾਰਟੀ ਨੂੰ ਇੱਥੋਂ ਤੱਕ ਲੈ ਕੇ ਜਾਣਾ ਇਹਨਾਂ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਰਿਹਾ ਅਤੇ ਅੱਜ ਇਹ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਨੇ, ਛੱਡ ਚੁੱਕੇ ਨੇ, ਯਾਨੀ ਕਿ ਇਹਨਾਂ ਨੇ ਸੁਖਪਾਲ ਖਹਿਰਾ ਦਾ ਯਾਨੀ ਕਿ ਅਗਵਾਈ ਕਬੂਲ ਕਰ ਲਈ ਹੈ। ਗੱਲ ਕਰਦੇ ਹਾਂ ਪਰਮਜੀਤ ਗਿੱਲ ਜੀ ਨਾਲ। ਗਿੱਲ ਸਾਹਿਬ, ਕਾਫੀ ਮਿਹਨਤ ਕੀਤੀ ਹੈ ਤੁਸੀਂ, ਕੀ ਕਾਰਨ ਬਣੇ, ਕੀ ਸਮੀਕਰਨ ਬਣੇ ਤੁਸੀਂ ਪਾਰਟੀ ਨੂੰ ਇਹ ਛੱਡ ਚੁੱਕੇ ਹੋ? ਅਸਲ 'ਚ ਖਾਲਸਾ ਜੀ ਬਹੁਤ ਕਾਰਨ ਹੈ, ਥੋੜ੍ਹੇ ਸਮੇਂ 'ਚ ਆਪਾਂ ਸਾਰੇ ਡਿਸਕਸ ਨਹੀਂ ਕਰ ਸਕਦੇ, ਬਹੁਤ ਜ਼ਿਆਦਾ ਕਾਰਨ ਹੈ, ਪਰ ਬਹੁਤ ਵੱਡਾ ਕਾਰਨ ਮੈਨੂੰ ਲੱਗਦਾ ਸਾਡੇ ਹਲਕੇ ਲੈਵਲ ਦਾ। ਹਲਕੇ ਲੈਵਲ 'ਤੇ ਸਾਨੂੰ 40,000 ਨੀਅਰ ਅਬਾਊਟ 40,000 ਵੋਟ ਪਈ ਹੈ, ਪਬਲਿਕ ਨੇ ਸਾਨੂੰ ਪਿਆਰ ਦਿੱਤਾ, ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸੀ ਔਰ ਅਸੀਂ ਜਿੱਤ ਦੇ ਬਹੁਤ ਨੇੜੇ ਸੀ। ਉਹ 40,000 ਵੋਟ ਦਾ ਜਿਹੜਾ ਅਸੀਂ ਸਤਿਕਾਰ ਨਹੀਂ ਕਰ ਸਕੇ, ਸਾਡੇ ਵਿਧਾਇਕ ਜਾਂ ਸਾਡੀ ਟੀਮ ਜਾਂ ਸਾਡੀ ਪਾਰਟੀ, ਅਸੀਂ ਜਦੋਂ ਕੋਸ਼ਿਸ਼ ਕਰਦੇ ਸੀ, ਸਾਡਾ ਵਰਕਰ ਸਿਟੀ ਥਾਣੇ ਖੜ੍ਹ ਕੇ ਸਾਡੇ ਵਿਧਾਇਕ ਨੂੰ ਫੋਨ ਕਰਦਾ, ਹਲਕਾ ਇੰਚਾਰਜ ਨੂੰ ਫੋਨ ਕਰਦਾ, ਉਹਨਾਂ ਦਾ ਫੋਨ ਨਹੀਂ ਪਿੱਕ ਕੀਤਾ ਜਾਂਦਾ। ਅਸੀਂ ਇਹਨਾਂ ਗੱਲਾਂ 'ਤੇ ਜਦੋਂ ਉਹਨਾਂ ਨੂੰ ਕਹਿੰਦੇ ਸੀ ਤਾਂ ਉਹ ਸਾਨੂੰ ਸਮਝਾਉਂਦੇ ਸੀ ਉਲਟਾ ਵੀ ਅਸੀਂ, ਮੈਂ ਬੱਚੇ ਪੜ੍ਹਾਏ 40 ਸਾਲ, ਮੈਂ ਕੋਈ ਬੱਚਾ ਨਹੀਂ, ਤੁਸੀਂ ਮੈਨੂੰ ਗਾਈਡ ਨਾ ਕਰੋ। ਪਰ ਖਾਲਸਾ ਜੀ ਅਸੀਂ ਮਹਿਸੂਸ ਕਰਦੇ ਸੀ ਸਾਡਾ ਵਰਕਰ ਨਿਰਾਸ਼ ਹੋ ਰਿਹਾ। ਅਸੀਂ ਇੱਕ 80+ ਵਰਕਰ ਦੇ ਜਿਹੜੇ ਨਾਮਾਂ ਦੀ ਲਿਸਟ ਜਿਹੜੀ ਉਹਨਾਂ ਨੂੰ ਦਿੱਤੀ ਸੀ ਵੀ ਤੁਸੀਂ ਇਹਨਾਂ ਸਾਰਿਆਂ ਨੂੰ ਨਾਮਜ਼ਦ ਕਰ ਦਿਓ, ਟੀਮ ਬਣੀ ਹੈ, ਤੁਸੀਂ ਇਹਨਾਂ ਨੂੰ ਜ਼ਿੰਮੇਵਾਰੀਆਂ ਦਿਓ, ਇਹ ਫਿਰ ਫੀਲਡ 'ਚ ਉਤਰਨ, ਕਿਉਂਕਿ 40,000 ਵੋਟ ਜਿਹੜੀ ਹੈ ਜਿਨ੍ਹਾਂ ਨੇ ਪਾਈ ਹੈ ਉਹ ਸਾਡੇ ਤੋਂ ਕੰਮ ਮੰਗਣਗੇ। ਸਾਡਾ ਫਰਜ਼ ਬਣਦਾ ਸੀ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਸਤਿਕਾਰ ਆ ਉਹਦਾ ਰਿਵਾਰਡ ਕਰੀਏ, ਉਹਨੂੰ ਵਾਪਸ ਉਹਨਾਂ ਨੂੰ ਸਤਿਕਾਰ ਦੇਈਏ। ਹਰ ਵਾਰ ਜਿਹੜਾ ਇਗਨੋਰ ਕੀਤਾ ਗਿਆ, ਕਦੇ ਉਹਨਾਂ ਨੇ ਆ ਕੇ ਪਬਲਿਕ ਦੇ ਵਿੱਚ ਲੋਕਾਂ ਦੀ ਸਾਰ ਨਹੀਂ ਲਈ, ਕਦੇ ਉਹਨਾਂ ਨੇ ਵਰਕਰ ਦੀ ਸਾਰ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਤਾਂ ਸਾਡਾ ਉਹ ਕ੍ਰਿਟੀਸਾਈਜ਼ ਕਰਦੇ ਸੀ, ਉਲਟਾ ਸਾਡੀਆਂ ਸ਼ਿਕਾਇਤਾਂ ਪਾਰਟੀ ਕੋਲ ਕੀਤੀਆਂ। ਅਸੀਂ ਪਾਰਟੀ ਨੂੰ ਇਕਜੁੱਟ ਕਰਨ ਲਈ ਜੇ ਭੁੱਖ ਹੜਤਾਲ ਕੀਤੀ ਤਾਂ ਸਾਡੀ ਸ਼ਿਕਾਇਤ ਕੀਤੀ ਗਈ ਡਾਕਟਰ ਬਲਵੀਰ ਸਿੰਘ ਕੋਲ। ਜੇ ਅਸੀਂ SDM ਦਫ਼ਤਰ ਜਾ ਕੇ SDM ਸਾਹਿਬ ਨੂੰ ਕੋਈ ਮੰਗ ਪੱਤਰ ਦਿੰਦੇ ਸੀ ਪਬਲੀਕਲ ਕਿਸੇ ਇਸ਼ੂਜ਼ ਦੇ ਉੱਪਰ, ਤਾਂ ਉਹ ਪਾਰਟੀ ਨੂੰ ਸਾਡੀ ਸ਼ਿਕਾਇਤ ਕਰਦੇ ਸੀ ਇਹ SDM ਦਫ਼ਤਰ ਜਾਂਦੇ ਆ। ਇਹ ਤੁਸੀਂ ਵੀ ਸਮਝਦੇ ਜੀ SDM ਦਫ਼ਤਰ ਜਾਣਾ ਕੋਈ ਮਾੜੀ ਗੱਲ ਨਹੀਂ, ਜੇ ਅਸੀਂ ਜਾਂਦੇ ਸੀ ਤਾਂ ਲੋਕਾਂ ਲਈ ਜਾਂਦੇ ਸੀ, ਜੇ ਅਸੀਂ ਪਾਵਰਕੌਮ ਦਾ ਧਰਨਾ ਲਾਇਆ ਤਾਂ ਲੋਕਾਂ ਲਈ ਲਾਇਆ। ਅਸੀਂ ਪਾਰਟੀ ਦੀ ਹੋਂਦ ਬਚਾ ਰਹੇ ਸੀ, ਪਬਲਿਕ ਡੋਮੇਨ ਦੇ ਵਿੱਚ ਅਸੀਂ ਪਾਰਟੀ ਦੀ ਹੋਂਦ ਬਚਾ ਰਹੇ ਸੀ, ਸਾਡੀ ਪੂਰੀ ਟੀਮ ਜਿੰਨੇ ਅਸੀਂ ਮਲੋਟ ਦੇ ਵਰਕਰ ਹੈ। ਔਰ ਹਰ ਵਾਰ ਸਾਨੂੰ ਡੀਮੋਰਲਾਈਜ਼ ਕੀਤਾ ਜਾਂਦਾ ਸੀ, ਸਾਨੂੰ ਜਦੋਂ ਅਸੀਂ ਦੇਖਣਾ ਵੀ ਅਸੀਂ ਧਰਨਾ ਲਾ ਕੇ ਬੈਠੇ ਹਾਂ ਔਰ ਸਾਨੂੰ ਉੱਤੋਂ ਫੋਨ ਆ ਰਿਹਾ ਵੀ ਤੁਸੀਂ ਕੀ ਕਰ ਰਹੇ ਹੋ, ਸਾਨੂੰ ਕਿਹਾ ਜਾਂਦਾ ਸੀ ਬੈਠੋ, ਤੁਸੀਂ ਬੈਠੋ, ਪਾਰਟੀ ਕਹੂਗੀ ਮੀਟਿੰਗ 'ਤੇ ਆਓ, ਮੀਟਿੰਗ ਜੁਆਇਨ ਕਰੋ ਔਰ ਚਲੇ ਜਾਓ, ਘਰ ਬੈਠੋ, ਲੋਕਾਂ ਲਈ ਨਹੀਂ।
ਇਹਨਾਂ ਗੱਲਾਂ 'ਤੇ, ਕਿਉਂਕਿ ਅਸੀਂ ਕੋਈ ਸਾਨੂੰ ਖਾਲਸਾ ਜੀ ਅਹੁਦਿਆਂ ਦੀ ਭੁੱਖ ਨਹੀਂ, ਅਸੀਂ ਸਾਰੇ ਦੇ ਸਾਰੇ ਜਿਹੜੇ 2012-14 ਤੋਂ ਲੱਗੇ ਹਾਂ ਔਰ ਪਾਰਟੀ ਨੂੰ ਅੱਜ ਤੱਕ ਜਿੱਥੋਂ ਤੱਕ ਲੈ ਕੇ ਆਏ ਹਾਂ, ਅਸੀਂ ਬਹੁਤ ਮਿਹਨਤ ਕਰਕੇ ਲੈ ਕੇ ਆਏ, ਉਹਨਾਂ ਲੋਕਾਂ ਦਾ ਪਿਆਰ ਹੈ। ਜੇ ਅਸੀਂ ਇਹਨਾਂ ਲੋਕਾਂ ਲਈ ਕੁਛ ਕਰਨਾ ਨਹੀਂ ਤਾਂ ਮੀਨਸ ਅਸੀਂ ਚੀਜ਼ਾਂ ਧਿਰ ਬਣਨਾ ਹੀ ਨਹੀਂ ਚਾਹੁੰਦੇ। ਅਸੀਂ ਲੋਕਾਂ ਲਈ ਸਮਰਪਿਤ ਹਾਂ, ਅਸੀਂ ਸਮਰਪਿਤ ਹਾਂ, ਅਸੀਂ ਪਬਲਿਕ ਡੋਮੇਨ ਦੇ ਵਿੱਚ ਰਹੇ ਹਾਂ, ਰਹਾਂਗੇ। ਸਾਨੂੰ ਲੱਗਿਆ ਸਾਡੇ 'ਤੇ ਬੰਦਿਸ਼ਾਂ ਲੱਗ ਰਹੀਆਂ, ਅਸੀਂ ਪਾਰਟੀ ਨੂੰ ਲਗਾਤਾਰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਵੀ ਵਰਕਰ ਜਿਹੜਾ ਨਿਰਾਸ਼ ਹੋ ਕੇ ਟੁੱਟ ਰਿਹਾ ਜੀ, ਪਾਰਟੀ ਦਾ ਨੁਕਸਾਨ ਹੋ ਜਾਣਾ। ਲਾਸਟ ਜਿਸ ਦਿਨ ਅਸੀਂ ਜੁਆਇਨ ਕੀਤਾ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ, ਉਸ ਦਿਨ ਸਾਡੀ ਹਲਕਾ ਇੰਚਾਰਜ ਨਾਲ ਗੱਲ ਹੋਈ ਹੈ, ਉਸ ਦਿਨ ਸਾਡੀ ਜ਼ਿਲ੍ਹਾ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ, ਉਸ ਦਿਨ ਸਾਡੀ ਅਮਨ ਅਰੋੜਾ ਸਾਹਿਬ ਨਾਲ ਗੱਲ ਹੋਈ ਹੈ, ਪਰ ਕਿਸੇ ਨੇ ਸੀਰੀਅਸ ਹੀ ਨਹੀਂ ਲਿਆ। ਉਹ ਚਾਹੁੰਦੇ ਹੀ ਨਹੀਂ ਪਾਰਟੀ ਦਾ ਵਰਕਰ ਰੋਕਿਆ ਜਾਵੇ, ਉਹ ਸਾਨੂੰ ਇਹ ਹਦਾਇਤ ਕਰ ਰਹੇ ਸੀ ਤੁਸੀਂ ਇੱਕ ਵਾਰੀ ਮੀਟਿੰਗ ਕਰ ਲਓ ਖਹਿਰਾ ਸਾਹਿਬ ਨਾਲ, ਜੁਆਇਨ ਨਾ ਕਰਿਓ। ਇਟ ਮੀਨਸ ਤੁਸੀਂ ਇੰਟਰਨਲ ਵੇ ਨਾਲ ਅਸਿੱਧੇ ਢੰਗ ਨਾਲ ਕਹਿ ਰਹੇ ਹੋ ਵੀ ਚਲੇ ਜਾਓ। ਅਸੀਂ ਪਾਰਟੀ ਨਹੀਂ ਛੱਡੀ, ਉਹਨਾਂ ਨੇ ਪਾਰਟੀ ਛੱਡਣ ਨੂੰ ਸਾਨੂੰ ਕਿਹਾ, ਅਸੀਂ ਪਾਰਟੀ ਨਹੀਂ ਛੱਡੀ, ਉਹਨਾਂ ਨੇ ਮਜਬੂਰ ਕਰਤਾ ਵੀ ਤੁਸੀਂ ਸੈਂਕੜੇ ਵਰਕਰਸ ਦੇ ਨਾਲ ਚਲੇ ਜਾਓ, ਸਾਨੂੰ ਕੋਈ ਲੋੜ ਨਹੀਂ ਤੁਹਾਡੀ। ਕੋਈ ਤੁਹਾਡਾ ਭਗਵੰਤ ਮਾਨ ਜਿਵੇਂ ਪੰਜਾਬ ਦੇ ਪ੍ਰਧਾਨ ਨੇ, ਹੈ ਨਾ, ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਨਾਲ ਕੋਈ ਤੁਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਜਸਟ ਜਦੋਂ ਇਲੈਕਸ਼ਨ ਹਾਰੇ ਹਾਂ, ਅਸੀਂ ਹਾਰ ਦੇ ਸਮੀਕਰਨ 'ਤੇ ਚਰਚਾ ਕਰਨ ਵਾਸਤੇ ਮਾਨ ਸਾਹਿਬ ਦੇ ਕੋਲ ਅਸੀਂ ਸੰਗਰੂਰ ਪਹੁੰਚੇ ਹਾਂ ਜੀ, ਸਾਰੇ ਫਾਊਂਡਰ ਮੈਂਬਰ। ਅਸੀਂ ਉਹਨਾਂ ਨਾਲ ਗੱਲ ਕੀਤੀ ਆ, ਉਹਨਾਂ ਨਾਲ ਡੀਪਲੀ ਗੱਲ ਕੀਤੀ ਵੀ ਸਰ ਅਸੀਂ ਕਿਉਂ ਹਾਰੇ। ਮੈਂ ਥੋੜ੍ਹਾ ਜਿਹਾ ਚਾਨਣਾ ਪਾਵਾਂ ਇਸ ਗੱਲ 'ਤੇ ਵੀ ਪੂਰੇ ਪੰਜਾਬ 'ਚ ਲਹਿਰ ਸੀ ਔਰ ਮਲੋਟ ਹਲਕਾ ਜਿਹੜਾ ਆਪਣਾ ਇੱਕ ਨੰਬਰ 'ਤੇ ਸੀ, ਇਹ ਉਦੋਂ ਵੀ ਇੱਕ ਨੰਬਰ ਸੀ ਜਦੋਂ ਹਲਕਾ ਸਾਡਾ ਕੈਂਡੀਡੇਟ ਸਾਡੇ ਕੋਲ ਨਹੀਂ ਸੀ, ਬਿਕੋਜ਼ ਟੀਮ ਸਟਰੋਂਗ ਸੀ। ਅਸੀਂ ਮਾਨ ਸਾਹਿਬ ਨੂੰ ਕਿਹਾ ਜੀ ਅਸੀਂ ਕਿਉਂ ਹਾਰੇ ਹਾਂ, ਚਲੋ ਛੋਟੇਪੁਰ ਸਾਹਿਬ ਦਾ ਜਿਹੜਾ ਹੋਇਆ ਉਹਦੇ ਕਰਕੇ ਪੰਜਾਬ ਦੀ ਲਹਿਰ ਗਈ, ਪਰ ਸਾਡਾ ਤਾਂ ਫਿਰ ਵੀ ਅਸੀਂ ਡੈਡ ਸ਼ੋਰ ਜਿੱਤੇ ਹੋਏ ਸੀ, ਅਸੀਂ ਕਿਉਂ ਹਾਰ ਗਏ? ਅਸੀਂ ਸਾਡੇ ਕੋਲ ਟੈਕਨੀਕਲ ਇੱਦਾਂ, ਅਸੀਂ ਇੰਨੇ ਓਵਰ ਕੌਨਫੀਡੈਂਸ ਸੀਗੇ ਸਾਨੂੰ, ਸਾਡੇ ਕੋਲ ਟੈਕਨੀਕਲ ਇੰਨੇ ਵੀਕ ਸੀ। ਅਸੀਂ ਇਹ ਉਸ ਵਕਤ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਾਡੇ ਕੋਲ ਕੋਈ ਨਵਾਂ ਸਾਥੀ ਆਇਆ ਜਿਹਨੇ ਪਾਰਟੀ ਜੁਆਇਨ ਕੀਤੀ, ਅਸੀਂ ਉਹਨੂੰ ਸੀਰੀਅਸ ਹੀ ਨਹੀਂ ਲਿਆ। ਅਸੀਂ ਕਿਸੇ ਨੂੰ ਹਲਕਾ ਇੰਚਾਰਜ ਨਾਲ ਮਿਲਾਇਆ, ਅਸੀਂ ਕੈਂਡੀਡੇਟ ਨਾਲ ਮਿਲਾਇਆ, ਕੈਂਡੀਡੇਟ ਨੇ ਦੁਬਾਰਾ ਜਾ ਕੇ ਉਹਦੇ ਨਾਲ ਗੱਲ ਹੀ ਨਹੀਂ ਕੀਤੀ। ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਸੀ, ਅਸੀਂ ਇੱਕ ਡੇਢ ਘੰਟਾ ਉਹਨਾਂ ਨਾਲ ਬੈਠ ਕੇ ਡਿਸਕਸ ਕੀਤਾ ਵੀ ਸਰ ਇਹ ਸਭ ਚੀਜ਼ਾਂ ਸਾਨੂੰ ਹਰਾ ਗਈਆਂ, ਪਰ ਨੈਕਸਟ ਟਾਈਮ ਇੱਦਾਂ ਨਾ ਹੋਵੇ। ਸਾਡੇ ਕੋਲ ਕਿਸੇ ਕੋਲ ਕੋਈ ਅਹੁਦੇਦਾਰੀ ਨਹੀਂ, ਕਿਸੇ ਕੋਲ ਕੋਈ ਅਥਾਰਟੀ ਲੈਟਰ ਨਹੀਂ, ਤੁਸੀਂ ਅਥਾਰਟੀ ਲੈਟਰ ਦੇ ਕੇ ਇੱਕ ਟੀਮ ਬਿਲਡ ਕਰੋ। ਜੇ 100 ਬੰਦੇ ਦੀ ਟੀਮ ਹੋਊਗੀ ਤਾਂ ਉਹ ਹਲਕਾ ਚਲਾਊਗੀ, ਇੱਕ ਬੰਦੇ ਦਾ, ਇੱਕ ਬੰਦਾ ਫੋਨ ਚੱਕੂਗਾ ਜਾਂ ਮੀਟਿੰਗ ਅਟੈਂਡ ਕਰੂਗਾ। ਅਗਰ ਉਹ ਮੀਟਿੰਗ ਅਟੈਂਡ ਕਰਦਾ ਤਾਂ ਫੋਨ ਨਹੀਂ ਚੱਕ ਸਕਦਾ, ਅਗਰ ਫੋਨ ਚੱਕਦਾ ਤਾਂ ਮੀਟਿੰਗ ਅਟੈਂਡ ਨਹੀਂ ਹੁੰਦੀ। ਅਸੀਂ ਬੋਰਡਾਂ 'ਤੇ ਹੋਰਡਿੰਗ 'ਤੇ ਅਸੀਂ ਇੱਕ ਨੰਬਰ ਦਿੱਤਾ ਕੈਂਡੀਡੇਟ ਦਾ, ਰਿਕਸ਼ੇ ਵਾਲੇ ਤੋਂ ਲੈ ਕੇ ਕਾਰ ਵਾਲੇ ਤੱਕ ਸਾਰੇ ਲੋਕ ਉਹਨਾਂ ਨੂੰ ਫੋਨ ਕਰਦੇ ਸੀ। ਅਗਰ ਉਹ ਫੋਨ ਸੁਣਦੇ ਸੀ ਤੁਹਾਨੂੰ ਮੀਟਿੰਗ ਨਹੀਂ ਕਰ ਸਕਦੇ ਸੀ, ਅਗਰ ਮੀਟਿੰਗ ਕਰਦੇ ਸੀ ਫੋਨ ਨਹੀਂ ਸੁਣ ਸਕਦੇ ਸੀ। ਇਹ ਬਹੁਤ ਵੱਡਾ ਕਾਰਨ ਬਣਿਆ, ਜਿਹਦਾ ਫੋਨ ਨਹੀਂ ਚੱਕਿਆ ਉਹਨੇ ਨਾਰਾਜ਼ਗੀ ਦਿਖਾਈ ਆਮ ਆਦਮੀ ਪਾਰਟੀ ਨਾਲ ਵੀ, ਜਿਹੜੇ ਕੈਂਡੀਡੇਟ ਅੱਜ ਹੀ ਫੋਨ ਨਹੀਂ ਚੱਕਦਾ ਇਹ ਕੱਲ੍ਹ ਨੂੰ ਸਾਡਾ ਕੰਮ ਕਿੱਥੇ ਕਰੂ, ਇਹ ਸਾਡੇ ਹਾਰ ਦਾ ਕਾਰਨ ਹੈ। ਜਿਨ੍ਹਾਂ ਨੂੰ ਅਗਰ ਮੀਟਿੰਗ ਦੇ ਵਿੱਚ ਬੈਠੇ ਉਹ ਫੋਨ ਹੀ ਸੁਣ ਰਹੇ ਆ, ਫੋਨ ਨੂੰ ਸੀਰੀਅਸ ਲੈ ਰਹੇ ਆ, ਤਾਂ ਫਿਰ ਮੀਟਿੰਗ ਵਾਲੇ ਨਾਰਾਜ਼ ਹੁੰਦੇ ਆ ਜੀ ਵੀ ਅਸੀਂ ਤੁਹਾਨੂੰ ਬੁਲਾਇਆ, ਤੁਸੀਂ ਫੋਨ ਹੀ ਨਹੀਂ ਛੱਡਦੇ, ਤੁਸੀਂ ਸਾਡੀ ਗੱਲ ਹੀ ਨਹੀਂ ਸੁਣਦੇ। ਤਾਂ ਉਹ ਸਾਡੀ ਜਿਹੜੀ ਹੈ ਉਹ ਇੱਕ ਕਾਰਨ ਬਣਿਆ ਸਾਡੀ ਵੋਟ ਟੁੱਟਣ ਦਾ। ਇਹ ਗੱਲਾਂ ਅਸੀਂ ਮਾਨ ਸਾਹਿਬ ਨਾਲ ਕੀਤੀਆਂ, ਇਹਨਾਂ ਸਾਰੀਆਂ ਗੱਲਾਂ 'ਤੇ ਦੱਸੋ ਕਿੱਥੇ ਐਕਸ਼ਨ ਹੋਇਆ ਜੀ। ਹੁਣ ਜਿਹੜਾ ਤੁਸੀਂ ਸੁਖਪਾਲ ਖਹਿਰਾ ਤੋਂ ਉਮੀਦ ਰੱਖਦੇ ਹੋ ਵੀ ਇਸ ਤਰ੍ਹਾਂ ਦੀ ਗੱਲ ਹੋਊਗੀ, ਜਿਵੇਂ ਤੁਸੀਂ ਆਪਦਾ ਨਾਂ ਜਿਹੜਾ ਆਮ ਆਦਮੀ ਪਾਰਟੀ ਦਾ ਇੱਥੇ ਬਣਾਇਆ ਸੀਗਾ ਵਿਧਾਨ ਸਭਾ ਹਲਕੇ ਦੇ, ਹੁਣ ਲੋਕ ਸਭਾ ਚੋਣਾਂ ਆਉਣੀਆਂ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕੂਗੀ ਪਾਰਟੀ, ਤੁਹਾਡੀ ਜਿਹੜੀ ਟੀਮ ਹੈ ਸੁਖਪਾਲ ਖਹਿਰਾ ਲਈ, ਜਿਹੜਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਨਾਲ ਕੀਤਾ? ਜੀ ਬਿਲਕੁਲ, ਹੁਣ ਤਾਂ ਸਮਾਂ ਲੋਕ ਸਭਾ ਇਲੈਕਸ਼ਨ ਦੇ ਲਈ ਬਹੁਤ ਥੋੜ੍ਹਾ ਹੈ। ਉਹ ਕੰਪੇਨ ਅਸੀਂ ਲਗਾਤਾਰ 4-5 ਸਾਲ ਕੀਤੀ ਹੈ। ਉਸ ਵਕਤ ਵੀ ਪਾਰਟੀ ਜਿਹੜੀ ਹੈ, ਜਦੋਂ ਅਸੀਂ ਤੁਰੇ ਸੀ, ਸਾਨੂੰ ਸਾਡੀ ਟੀਮ ਨੂੰ ਪੂਰੀ ਨੂੰ, ਵਿਜੇ ਜੀ ਖੜ੍ਹੇ ਆ ਪਿੱਛੇ, ਝੋੜ ਸਾਹਿਬ ਖੜ੍ਹੇ ਆ, ਅਸੀਂ ਸਾਰੇ, ਸੰਧੂ ਸਾਹਿਬ ਗੈਰ ਹਾਜ਼ਰ ਹੈ ਅੱਜ ਇੱਥੋਂ,
ਅਸੀਂ ਸਾਰੀ ਟੀਮ ਆ ਜਿਹੜੀ ਸਾਡੀ, ਅਸੀਂ ਹਮੇਸ਼ਾ ਵਹਿਣ ਜਿਹੜਾ ਵਹਿੰਦਾ ਉਹਦੇ ਉਲਟ ਹੀ ਚੱਲੇ ਹਾਂ। ਅਸੀਂ ਹਮੇਸ਼ਾ ਜਿਹੜੀਆਂ ਸਰਕਾਰਾਂ ਦੇ ਖਿਲਾਫ਼ ਜਿਹੜਾ ਪਬਲਿਕ ਦੀਆਂ ਜਿਹੜੀਆਂ ਆਵਾਜ਼ਾਂ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਮੰਚ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਉਹ ਇੰਡੀਵਿਜੁਅਲ ਅਸੀਂ ਕਿਸੇ ਢੰਗ ਨਾਲ ਕੀਤਾ ਹੋਵੇ। ਤਾਂ 2013-14 ਦੇ ਵਿੱਚ ਵੀ ਅਸੀਂ ਇੱਦਾਂ ਹੀ, ਉਦੋਂ ਵੀ ਸਾਨੂੰ ਲੋਕ ਕਹਿੰਦੇ ਸੀ ਆਮ ਆਦਮੀ ਪਾਰਟੀ ਦਾ ਤਾਂ ਕੋਈ ਨਾਂ ਹੀ ਹੈ ਨਹੀਂ, ਤੁਸੀਂ ਕੀ ਕਰੋਗੇ। ਅਸੀਂ ਕਰਕੇ ਦਿਖਾਇਆ ਜੀ, ਸਾਡਾ ਜਿਹੜਾ ਵਰਕਰ ਕੈਡਰ ਆ ਅਸੀਂ ਬਹੁਤ ਮਜ਼ਬੂਤ ਆ ਵਰਕਰ ਦੇ ਤੌਰ 'ਤੇ, ਵਰਕਰ ਸਾਡੀ ਜਿੰਦ ਜਾਨ ਆ। ਅਗਰ ਉਹ ਸਾਨੂੰ ਕਿਤੇ ਵੀ ਉਹਨਾਂ ਦੀ ਹਦਾਇਤ ਸੀ, ਹੁਣ ਆਦੇਸ਼ ਵਰਕਰ ਦਾ ਸੀਗਾ ਵੀ ਹੁਣ ਇੱਧਰ ਚੱਲਣਾ ਜੀ, ਤਾਂ ਅਸੀਂ ਉਹ ਮੰਨਿਆ। ਉਸੇ ਤਰ੍ਹਾਂ ਜਿੱਦਾਂ ਅਸੀਂ 2013 ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਸੀ, ਕੰਮ ਤਾਂ ਅਸੀਂ ਉਹੀ ਲੋਕ ਹਾਂ ਜੀ, ਉਹੀ ਧਰਨੇ ਲੱਗਣਗੇ ਜੀ, ਉਹੀ ਅਸੀਂ ਜਿੱਥੇ ਸਰਕਾਰ ਦੀ ਕਮੀ ਆ ਉਹਨੂੰ ਉਹਨਾਂ ਦੀ ਕਣਖਚਾਈ ਕਰਨ ਦੀ ਕੋਸ਼ਿਸ਼ ਕਰਾਂਗੇ, ਉਸੇ ਤਰ੍ਹਾਂ ਕਰਾਂਗੇ। ਉਹੀ ਬੰਦੇ ਹਾਂ ਜੀ ਅਸੀਂ, ਉਹੀ ਟੀਮ ਹੈ। ਆਮ ਆਦਮੀ ਪਾਰਟੀ ਦੇ ਝੰਡੇ ਨਾਲ ਕਰਦੇ ਸੀ, ਹੁਣ ਅਸੀਂ ਪੰਜਾਬੀ ਏਕਤਾ ਦੇ ਝੰਡੇ ਨਾਲ ਕਰਾਂਗੇ। ਸੋ ਮਜ਼ਬੂਤ ਕਰਾਂਗੇ ਜੀ ਅਸੀਂ, ਕਿਉਂਕਿ ਮਜ਼ਬੂਤ ਕਿਸੇ ਵੀ ਪਾਰਟੀ ਨੂੰ ਵਰਕਰ ਮਜ਼ਬੂਤ ਕਰਦਾ ਜੀ, ਨਾ ਕਿ ਪੋਲੀਟੀਕਲ ਲੀਡਰ। ਅਸੀਂ ਵਰਕਰਸ ਦੇ ਨਾਲ ਉਹੀ ਕੰਮ ਕਰਾਂਗੇ ਜਿਹੜਾ ਆਮ ਆਦਮੀ ਪਾਰਟੀ ਲਈ ਕੀਤਾ। ਘਰ ਘਰ ਜਾਵਾਂਗੇ, ਪਬਲਿਕ ਨੂੰ ਅਵੇਅਰ ਕਰਾਂਗੇ, ਲੀਗਲ ਵੇ ਨਾਲ ਕੰਮ ਕਿੱਦਾਂ ਹੁੰਦਾ, ਸਰਕਾਰ ਤੋਂ ਕੰਮ ਕਿਵੇਂ ਲਏ ਜਾਂਦੇ ਆ, ਪ੍ਰੋਟੈਸਟ ਕਿਵੇਂ ਕਰਨਾ, ਉਹ ਸਾਰੀਆਂ ਚੀਜ਼ਾਂ ਕਰਾਂਗੇ ਅਸੀਂ। ਸਿਰਫ ਸਾਡਾ ਝੰਡਾ ਬਦਲਿਆ ਜੀ, ਸਾਡੇ ਕੰਮ ਕਰਨ ਦਾ ਤਰੀਕਾ ਨਹੀਂ ਬਦਲਿਆ। ਸੋ ਹੋਪ ਵਿਲ ਬੀ ਦਾ ਬੈਸਟ, ਅਸੀਂ ਉਹੀ ਉੱਦਾਂ ਹੀ ਰਿਜ਼ਲਟ ਕੱਢ ਕੇ ਦੇਵਾਂਗੇ ਜੀ ਪੰਜਾਬੀ ਏਕਤਾ ਲਈ। ਔਰ ਖਹਿਰਾ ਸਾਹਿਬ ਤੋਂ ਸਾਨੂੰ ਬਹੁਤ ਉਮੀਦਾਂ, ਕਿਉਂਕਿ ਉਹ ਖੁਦ ਜਿੱਥੇ ਵੀ ਰਹੇ ਉਹਨਾਂ ਨੇ ਹਮੇਸ਼ਾ ਆਪਦੀ ਹੀ ਟੀਮ ਦੇ ਖਿਲਾਫ਼ ਉਹ ਬੋਲਦਾ ਸੱਚਾ ਬੰਦਾ, ਉਹ ਬੋਲਦੇ ਰਹੇ ਆ। ਉਹਨਾਂ ਨੇ ਕਦੇ ਵੀ ਇਹ ਨਹੀਂ ਵੇਖਿਆ ਵੀ ਮੇਰਾ ਨੁਕਸਾਨ ਹੋ ਜੂਗਾ, ਮੇਰਾ ਇੰਡੀਵਿਜੁਅਲ ਨੁਕਸਾਨ ਹੋ ਜੂਗਾ। ਉਹਨਾਂ ਨੇ ਹਮੇਸ਼ਾ ਸੱਚੀ ਗੱਲ ਕੀਤੀ ਹੈ, ਔਰ ਸੱਚਾ ਬੰਦਾ ਕਦੇ ਪਰਵਾਹ ਨਹੀਂ ਕਰਦਾ ਜੀ, ਉਹ ਪਰਵਾਹ ਨਹੀਂ ਕਰਦੇ। ਸਾਨੂੰ ਉਮੀਦਾਂ ਬਹੁਤ ਆ ਉਹਨਾਂ ਤੋਂ। ਜਿਵੇਂ ਸੁਖਪਾਲ ਖਹਿਰਾ ਦਾ ਯਾਨੀ ਕਿ ਹੁਣ ਤੱਕ ਕੈਰੀਅਰ ਰਿਹਾ ਹੈਗਾ, ਪਹਿਲਾਂ ਉਹ ਕਾਂਗਰਸ ਦੇ ਵਿੱਚ ਵੀ ਰਹੇ ਨੇ, ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ, ਅਤੇ ਉਹਨਾਂ ਦਾ ਕਿਸੇ ਵੀ ਪਾਰਟੀ ਦੇ ਵਿੱਚ ਉਹ ਆਧਾਰ ਜਾਂ ਉਹ ਦਾਲ ਨਹੀਂ ਗਲ ਰਹੀ ਕਿ ਹਰੇਕ ਵਾਰੀ ਉਹ ਪਾਰਟੀ ਦੇ ਖਿਲਾਫ਼ ਹੀ ਬੋਲ ਕੇ ਅਤੇ ਪਾਰਟੀ ਅਖੀਰ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੰਦੀ ਹੈ। ਇਹ ਕਿਸ ਤਰ੍ਹਾਂ ਦਾ ਤੁਸੀਂ ਆਸ ਰੱਖਦੇ ਹੋ ਵੀ ਸੁਖਪਾਲ ਖਹਿਰਾ ਇਹ ਪਾਰਟੀ ਨੂੰ ਕਾਮਯਾਬ ਕਰਨ 'ਚ ਸਫਲ ਹੋਣਗੇ, ਅਤੇ ਤੁਹਾਡਾ ਤੁਸੀਂ ਜਿਹੜਾ ਵਿਸ਼ਵਾਸ ਉਹਨਾਂ 'ਤੇ ਜਿਤਾਇਆ ਹੈਗਾ ਆਮ ਆਦਮੀ ਪਾਰਟੀ ਨੂੰ ਛੱਡ ਕੇ, ਅਤੇ ਉਹ ਉਹਦੇ 'ਤੇ ਯਾਨੀ ਕਿ ਤੁਸੀਂ ਤੁਹਾਨੂੰ ਫੈਸਲਾ ਜਿਹੜਾ ਤੁਹਾਡਾ ਸਹੀ ਸਾਬਤ ਹੋਊਗਾ ਜੀ? ਬਿਲਕੁਲ, ਖਹਿਰਾ ਸਾਹਿਬ ਦੇ ਸਾਨੂੰ ਉਮੀਦ ਕਿਉਂ ਆ, ਕਿਉਂਕਿ ਅਸੀਂ ਜੋ ਕੁਛ ਦੇਖਿਆ ਹੁਣ ਤੱਕ, ਖਹਿਰਾ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਜਦੋਂ ਸ਼ੁਰੂਆਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਵਰਕਰ ਤੋਂ ਪੁੱਛ ਕੇ ਅਸੀਂ ਫੈਸਲਾ ਕਰਾਂਗੇ, ਵਰਕਰ ਫੈਸਲਾ ਕਰੂਗਾ। ਜਦੋਂ ਮਨਪ੍ਰੀਤ ਬਾਦਲ ਸਾਹਿਬ ਦੀ ਐਂਟਰੀ ਹੋਣੀ ਸੀ ਆਮ ਆਦਮੀ ਪਾਰਟੀ 'ਚ, ਉਸ ਵਕਤ ਸਾਡੇ ਤੋਂ ਪੁੱਛਿਆ ਗਿਆ ਸੀ, ਵੋਟ ਕਰਵਾਈ ਸੀ ਸਾਡੇ ਤੋਂ ਵੀ ਇਹਨਾਂ ਨੂੰ ਲਈਏ ਕਿ ਨਾ ਲਈਏ। ਅਸੀਂ ਉਹਨਾਂ ਦੇ ਅਗੇਂਸਟ ਜਿਹੜੀ 90% ਵੋਟ ਕਰਤੀ ਸੀ, ਔਰ ਮਨਪ੍ਰੀਤ ਬਾਦਲ ਸਾਹਿਬ ਨੂੰ ਨਹੀਂ ਲਿਆ ਸੀ, ਉਹ ਵਰਕਰ ਫੈਸਲਾ ਸੀ। ਪਾਰਟੀ ਉਹਨਾਂ ਚੀਜ਼ਾਂ ਤੋਂ ਹਟ ਗਈ ਆ, ਪਰ ਖਹਿਰਾ ਸਾਹਿਬ ਹਜੇ ਉਹਨਾਂ ਚੀਜ਼ਾਂ 'ਤੇ ਸਟੈਂਡ ਕਰਦੇ ਆ। ਖਹਿਰਾ ਸਾਹਿਬ ਨੇ ਹੁਣ ਵੀ ਜਿਹੜਾ ਸਾਡੀ ਅਸੀਂ ਜਿਹੜੀ ਡਿਸਟ੍ਰਿਕਟ ਲੈਵਲ ਦੀ ਟੀਮ ਬਣਾ ਰਹੇ ਹਾਂ, ਜ਼ਿਲ੍ਹਾ ਲੈਵਲ ਦੀ ਔਰ ਹਲਕਾ ਲੈਵਲ ਦੀ, ਉਹਦੇ ਵਾਸਤੇ ਸਾਨੂੰ ਪੁੱਛਿਆ, ਸਾਰੇ ਵਰਕਰਸ ਨੂੰ ਉਹਨਾਂ ਨੇ ਪੁੱਛਿਆ ਸੀ। ਇੱਕ ਦੋ ਦਿਨਾਂ ਦੇ ਵਿੱਚ ਮੀਟਿੰਗ ਕਰ ਰਹੇ ਹਾਂ, ਵਰਕਰਸ ਜੋ ਫੈਸਲਾ ਕਰਨਗੇ, ਜੋ ਨਾਮ ਦੇਣਗੇ, ਉਹਨਾਂ ਚੀਜ਼ਾਂ 'ਤੇ ਗੌਰ ਕਰ ਰਹੇ ਹੋ। ਉਹਨਾਂ ਨੇ ਪੂਰਨ ਭਰੋਸਾ ਦਿੱਤਾ ਸਾਨੂੰ ਵੀ ਉਹੀ ਜਿਹੜਾ ਰਾਈਟ ਵੇ ਸੀਗਾ ਜਿਹੜਾ ਕਦੇ ਆਮ ਆਦਮੀ ਪਾਰਟੀ ਦਾ ਹੁੰਦਾ ਸੀ, ਉਸੇ ਵੇ ਨਾਲ ਹੀ ਆਪਾਂ ਜਿਹੜਾ ਚੱਲਾਂਗੇ। ਉਹ ਭਟਕ ਗਏ ਪਰ ਆਪਾਂ ਨਹੀਂ ਭਟਕਾਂਗੇ, ਉਹਨਾਂ ਨੇ ਭਰੋਸਾ ਦਿੱਤਾ, ਅਸੀਂ ਉਹਨਾਂ ਦੀਆਂ ਗੱਲਾਂ ਨਾਲ ਖੜੇ ਹਾਂ ਜੀ। ਦੂਜੀਆਂ ਪਾਰਟੀਆਂ 'ਚੋਂ ਨਜ਼ਰ ਨਹੀਂ ਆਉਂਦਾ, ਨਾ ਸਾਨੂੰ ਕਾਂਗਰਸ 'ਚ ਨਜ਼ਰ ਆਉਂਦਾ, ਨਾ ਅਕਾਲੀ ਦਲ, ਔਰ ਨਾ ਹੀ ਹੁਣ ਨਿਰਾਸ਼ਾਯੋਗ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਉੱਥੇ ਵੀ ਨਜ਼ਰ ਨਹੀਂ ਆ ਰਿਹਾ। ਬਟ ਖਹਿਰਾ ਸਾਹਿਬ ਜਿਹੜੀ ਪੰਜਾਬ ਦੀ ਉਮੀਦ ਹੈ, ਲੱਗਦਾ ਜੀ ਬਹੁਤ ਬਿਹਤਰ ਕਰਾਂਗੇ ਅਸੀਂ। ਸਾਡੇ ਨਾਲ ਨੇ ਜਸਪਾਲ ਸਿੰਘ ਚੋੜ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੜੇ ਸਰਗਰਮ ਮੈਂਬਰ ਰਹੇ ਨੇ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਚਾਰ ਕੀਤਾ, ਇੱਕ ਬਹੁਤ ਵਧੀਆ ਜ਼ਰੀਆ ਸੀ ਲੋਕਾਂ ਤੱਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਲਿਜਾਣ ਲਈ। ਇਹਨਾਂ ਨੇ
ਬਹੁਤ ਮਿਹਨਤ ਕੀਤੀ ਹੈ ਅਤੇ ਬੜੇ ਸਰਗਰਮ ਸੀਗੇ, ਉਹਨਾਂ ਨਾਲ ਗੱਲ ਕਰਦੇ ਹਾਂ। ਜਸਪਾਲ ਜੀ, ਕੀ ਕਾਰਨ ਬਣਿਆ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਤਿਲਾਂਜਲੀ ਦੇ ਦਿੱਤੀ? ਅਸਲ ਦੇ ਵਿੱਚ ਕਾਰਨ ਖਾਲਸਾ ਜੀ ਕਹੀ ਰਹੇ ਆ, ਜਦੋਂ ਦੋ ਅਸੀਂ ਸਟਾਰਟਿੰਗ ਦੇ ਵਿੱਚੋਂ ਮੈਂ ਅਤੇ ਰਮੇਸ਼ ਜੀ ਨਾਲ ਇਹਨਾਂ ਨਾਲ ਮੈਂ ਪਾਰਟੀ ਜੁਆਇਨ ਕੀਤੀ ਅਤੇ ਉਦੋਂ ਸਭ ਕੁਛ ਠੀਕ ਠਾਕ ਚੱਲ ਰਿਹਾ ਸੀ। ਲੋਕ ਸਭਾ ਦੇ ਇਲੈਕਸ਼ਨ ਜਦੋਂ ਹੋਏ ਅਤੇ ਅਸੀਂ ਸਾਡੇ ਕੋਲ ਕੋਈ ਬਹੁਤਾ ਸਾਧਨ ਵੀ ਨਹੀਂ ਸੀ, ਆਪਦੀ ਅਸੀਂ ਜੇਬ 'ਚੋਂ ਪੈਸੇ ਲਾ ਕੇ ਸਪੀਕਰ ਵਗੈਰਾ ਲਾ ਕੇ ਗੱਡੀ 'ਤੇ ਅਸੀਂ ਪ੍ਰਚਾਰ ਕੀਤਾ। ਉਸ ਤੋਂ ਬਾਅਦ ਵਿਧਾਨ ਸਭਾ ਜਦੋਂ ਇਲੈਕਸ਼ਨ ਅਨਾਊਂਸ ਹੋਏ ਸਭ ਠੀਕ ਠਾਕ ਚੱਲਦਾ ਰਿਹਾ। ਜਦੋਂ ਦਿੱਲੀ ਦੀ ਟੀਮ ਇੱਥੇ ਆਈ, ਦਿੱਲੀ ਦੀ ਟੀਮ ਨੇ ਜਦੋਂ ਸੰਗਠਨ ਇੱਥੇ ਬਣਾਉਣ ਵਾਸਤੇ ਭੇਜਿਆ ਗਿਆ ਉਹਨਾਂ ਨੂੰ, ਅਤੇ ਸਟਾਰਟਿੰਗ ਦੇ ਵਿੱਚ ਹਰੇਕ ਅਬਜ਼ਰਵਰ ਦੇ ਨਾਲ ਇੱਕ ਪੰਜਾਬੀ ਬੰਦਾ ਲਾਇਆ ਗਿਆ ਜਿਹੜਾ ਕਿ ਇਹਨਾਂ ਨੂੰ ਗਾਈਡ ਕਰੇਗਾ ਗਾਈਡ ਕਰਨ ਵਾਸਤੇ। ਅਤੇ ਅਸੀਂ ਦੇਖਿਆ ਵੀ ਉਹ 2-2.5 ਮਹੀਨਿਆਂ ਦੇ ਵਿੱਚ ਜਦੋਂ ਇਹ ਬੰਦਿਆਂ ਦੇ ਇੱਥੇ ਦਿੱਲੀ ਵਾਲਿਆਂ ਦੇ ਪੈਰ ਲੱਗ ਗਏ, ਹਰੇਕ ਅਬਜ਼ਰਵਰ ਦੇ ਨਾਲ ਉਹ ਜਿਹੜਾ ਪੰਜਾਬੀ ਬੰਦਾ ਸਾਈਡ ਲੈਂਡ ਕਰਕੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਅਤੇ ਆਪਦੀਆਂ ਚੰਮਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਯਾਦ ਹੈ ਵੀ ਇੱਥੇ ਆਪਣੇ ਇੱਕ ਅਕਾਲੀ ਦਲ ਦੇ ਵਿੱਚੋਂ ਆਏ ਹੋਏ ਵਰਕਰ ਨੇ, ਰਿਟਾਇਰ ਟੀਚਰ, ਤੁਸੀਂ ਜਾਣਦੇ ਹੋ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਆਉਣ ਸਾਰ ਹੀ ਜਦੋਂ ਵੀ ਪਾਰਟੀ ਜੁਆਇਨ ਕੀਤੀ, ਜੁਆਇਨ ਕਰਦਿਆਂ ਸਾਰ ਹੀ ਮਲੋਟ ਸ਼ਹਿਰ ਦੇ ਵਿੱਚ ਪ੍ਰਚਾਰ ਸ਼ੁਰੂ ਕਰਤਾ ਕਿ ਵੀ ਆਪਣੀ ਟਿਕਟ ਜਿਹੜੀ ਹੈ ਇੱਥੋਂ ਪੱਕੀ ਹੈ। ਅਤੇ ਮੈਂ ਪਹਿਲੀ ਵਾਰ ਉਹ ਸੋਸ਼ਲ ਮੀਡੀਆ 'ਤੇ ਫੇਸਬੁੱਕ 'ਤੇ ਇਹ ਆਵਾਜ਼ ਉਠਾਈ ਸੀ ਵੀ ਇਹ ਬੰਦਾ ਕਿਸ ਵਿਹਾਵ 'ਤੇ ਕਿਸ ਮਤਲਬ ਉੱਤੇ ਕਰ ਰਿਹਾ, ਵੀ ਆਪਣੀ ਦਾਅਵੇਦਾਰੀ ਕਿਉਂ ਜਿਤਾ ਰਿਹਾ, ਕਿਵੇਂ ਜਿਤਾ ਰਿਹਾ, ਕੀ ਕਾਰਨ ਹੈ, ਵੀ ਇਹਦੇ ਪਿੱਛੇ ਕੋਈ ਕਾਰਨ ਤਾਂ ਹੈ। ਹੌਲੀ ਹੌਲੀ ਜਦੋਂ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਜਿਵੇਂ ਇੱਥੇ ਪੰਕਜ ਰੰਗਾ ਸੀ, ਪੰਕਜ ਰੰਗਾ ਜਿਹਨੇ ਕਿ ਪੂਰੀ ਟੀਮ ਨੂੰ ਇਹਨੂੰ ਕਰਨਾ ਸੀਗਾ, ਮਤਲਬ ਆਪਣੇ ਲੈ ਕੇ ਨਾਲ ਚੱਲਣਾ ਸੀਗਾ, ਉਹ ਕੁਛ 2-4 ਬੰਦਿਆਂ ਦੀ ਜੁੰਡਲੀ ਦੇ ਵਿੱਚ ਉਹ ਘਿਰ ਕੇ ਰਹਿ ਗਿਆ, ਉਹਨਾਂ ਦੀ ਗੱਲ ਉਹ ਫੋਲੋ ਕਰਨ ਲੱਗਿਆ। ਆਮ ਵਰਕਰ ਦੀ ਜਿਹੜੀ ਹੈ ਸੁਣਵਾਈ ਬਿਲਕੁਲ ਹੀ ਨਾ ਬਰਾਬਰ ਹੋਣ ਲੱਗੀ। ਇੱਥੋਂ ਤੱਕ ਕਿ ਜਦੋਂ ਸਾਡੇ ਜਿਹੜੇ ਕੈਂਡੀਡੇਟ ਇੱਥੋਂ ਇਲੈਕਸ਼ਨ ਲੜੇ, ਸਰਦਾਰ ਬਲਦੇਵ ਸਿੰਘ ਆਜ਼ਾਦ ਜੀ, ਇਹਨਾਂ ਦਾ ਨਾਂ ਤੱਕ ਨਹੀਂ ਭੇਜਿਆ ਗਿਆ ਸੀਗਾ ਉੱਪਰ ਹਾਈ ਕਮਾਂਡ ਨੂੰ ਵੀ ਕੋਈ ਬਲਦੇਵ ਸਿੰਘ ਨਾਂ ਦਾ ਬੰਦਾ ਵੀ ਥੱਲੇ ਵਰਕ ਕਰ ਰਿਹਾ, ਅਤੇ ਨਾਮ ਜਾ ਰਿਹਾ ਸੀ ਮਾਸਟਰ ਜਸਪਾਲ ਸਿੰਘ ਜੀ ਦਾ। ਇਹਨਾਂ ਗੱਲਾਂ ਤੋਂ ਨਿਰਾਸ਼ਾ ਹੋਈ। ਅੱਛਾ, ਉਦੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਪਾਰਟੀ ਦੇ ਵਿੱਚ ਅੱਗੇ ਅੱਗੇ ਵੱਧਦੇ ਗਏ, ਇਹਨਾਂ ਦੀਆਂ ਜਿਹੜੀਆਂ ਡਰਾਮੇਬਾਜ਼ੀਆਂ ਦਾ ਹੌਲੀ ਹੌਲੀ ਪਤਾ ਲੱਗਦਾ ਗਿਆ। ਜਿਸ ਤਰ੍ਹਾਂ ਇਹਨਾਂ ਨੇ ਇਲੈਕਸ਼ਨ ਇੱਕ ਰਾਏ ਲੈਣੀ ਸੀਗੀ, ਵੋਟਿੰਗ ਹੋਣੀ ਸੀਗੀ ਵਿਧਾਨ ਸਭਾ ਦੇ ਮਤਲਬ ਕੈਂਡੀਡੇਟ ਚੋਣ ਵਾਸਤੇ, ਉਹ ਜਦੋਂ ਅਸੀਂ ਵੋਟਿੰਗ ਵਾਸਤੇ ਗਏ ਤਾਂ ਉੱਥੇ ਲਗਭਗ ਸਾਰਾ ਡਰਾਮਾ ਹੀ ਸੀ। ਉਹ ਸਾਰੇ ਹਲਕਿਆਂ 'ਚ ਹੀ ਡਰਾਮਾ ਹੋਇਆ, ਆਪਣੇ ਇਕੱਲੇ ਨਹੀਂ, ਉਹ ਸਾਰੇ ਹਲਕਿਆਂ ਦੇ ਵਿੱਚ ਹੀ ਡਰਾਮਾ ਹੋਇਆ। ਜਿਹਨੂੰ 6-6 ਵੋਟ ਪਈ ਉਹ ਬੰਦੇ ਨੂੰ ਪਾਸੇ ਕਰਕੇ, ਜਿਹਨੂੰ 2 ਵੋਟਾਂ ਪਈਆਂ ਉਹ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ, ਟਿਕਟ ਵੰਡ ਦੇ ਵਿੱਚ ਵੀ ਹੋਇਆ ਕਪੜਾ ਹੋਇਆ। ਸੋ ਹੋਰ ਬਥੇਰੇ ਕਾਰਨ ਨੇ ਜੀ, ਜਿਸ ਤਰ੍ਹਾਂ ਪਾਰਟੀ ਦੀ ਇੱਕ ਅੱਜ ਦੀ ਜਿਹੜੀ ਛਵੀ ਬਣ ਗਈ ਆ ਵੀ ਇਹ ਪਾਰਟੀ ਵੀ ਬੰਦਾ ਕਿਸੇ ਚੱਜ ਦਾ ਬੰਦਾ ਤਾਂ ਇਹਨਾਂ ਨੇ ਰੱਖਣਾ ਹੀ ਨਹੀਂ। ਤੁਸੀਂ ਥੱਲੇ ਕਿਸੇ ਇੱਕ ਆਮ ਬੰਦੇ ਦੇ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਜਾ ਕੇ, ਅਤੇ ਹਰੇਕ ਬੰਦਾ ਹੀ ਕਹਿੰਦਾ ਯਾਰ ਵੀ ਤੁਹਾਡੇ ਬੰਦੇ ਤਾਂ ਸਾਰੇ ਭੱਜੀ ਜਾਂਦੇ ਆ, ਪਾਰਟੀ ਰੱਖਦੀ ਤਾਂ ਕਿਸੇ ਨੂੰ ਨਹੀਂ। ਹੁਣ ਫੂਲਕਾ ਸਾਹਿਬ ਹੈ, ਗੁਰਪ੍ਰੀਤ ਘੁੱਗੀ ਹੈ, ਸੁਖਪਾਲ ਸਿੰਘ ਖਹਿਰਾ, ਉੱਪਰ ਜਿਹੜਾ ਹਾਈ ਦਿੱਲੀ ਦੇ ਵਿੱਚ ਵਿਖੀ ਜੋਗਿੰਦਰ ਯਾਦਵ ਜੀ, ਪ੍ਰਸ਼ਾਂਤ ਭੂਸ਼ਣ, ਆਪਣੇ ਪੱਤਰਕਾਰ ਆਸ਼ੂਤੋਸ਼, ਅਲਕਾ ਲਾਂਬਾ, ਹਰ ਬੰਦਾ ਛੱਡ ਕੇ ਜਾ ਰਿਹਾ, ਕੋਈ ਕਾਰਨ ਤਾਂ ਹੈ। ਇਹ ਤਾਂ ਨਹੀਂ ਹੈ ਵੀ ਇਕੱਲਾ ਅਰਵਿੰਦ ਕੇਜਰੀਵਾਲ ਹੀ ਸੱਚਾ ਸੁੱਚਾ, ਬਾਕੀ ਸਾਰੇ ਥੱਲੇ ਜਿਹੜੇ ਹੈ ਬੇਈਮਾਨੀ ਹੈ। ਸੋ ਇਹ ਬਥੇਰੇ ਕਾਰਨ ਹੈ ਜੀ, ਜਿਹਨਾਂ ਕਰਕੇ ਪਾਰਟੀ ਦੇ ਜਿਹੜੇ ਕਾਰਜ ਅਤੇ ਸਾਨੂੰ ਮਤਲਬ ਮਨ ਖੱਟਾ ਹੋਇਆ, ਅਤੇ ਅਖੀਰ ਸਾਨੂੰ ਇਹ ਅੱਕ ਚੱਬਣਾ ਪਿਆ ਵੀ ਅਸੀਂ ਪੰਜਾਬੀ ਏਕਤਾ ਪਾਰਟੀ, ਕਿਉਂਕਿ ਮੇਰੇ ਵਾਸਤੇ ਇਹ ਜੋ ਮੇਰੇ ਸਾਥੀ ਹੈ, ਇਹੀ ਮੇਰੇ ਵਾਸਤੇ ਅਰਵਿੰਦ ਕੇਜਰੀਵਾਲ ਸੀ, ਇਹੀ ਮੇਰੇ ਵਾਸਤੇ ਸੁਖਪਾਲ ਸਿੰਘ ਖਹਿਰਾ ਨੇ, ਕਿਉਂਕਿ ਮੈਂ ਇਹਨਾਂ ਦੇ ਵਿੱਚ ਰਹਿਣਾ,
ਲੋੜ ਪੈਣ 'ਤੇ ਜਦੋਂ ਵੀ ਇਹਨਾਂ ਨੇ ਲੋੜ ਪੈਂਦੀ ਹੈ, ਜਦੋਂ ਕਿਸੇ ਥਾਣੇ ਕਚਹਿਰੀ ਕਿਤੋਂ, ਹਾਲਾਂਕਿ ਮੇਰਾ ਕੋਈ ਨਿੱਜੀ ਅੱਜ ਤੱਕ ਮੇਰਾ ਕੋਈ ਕਿਸੇ ਨਾਲ ਕੋਈ ਕਲੇਸ਼ ਨਹੀਂ ਹੋਇਆ, ਕਿਸੇ ਤਰ੍ਹਾਂ ਦੀ ਕੋਈ ਹਾਲ ਨਹੀਂ। ਪਿੱਛੇ ਜੇ ਇੱਕ ਕੋਈ ਲੜਕੀ ਦਾ ਸੀਗਾ ਕੇਸ, ਜਿਹਦੀ ਲੜਕੀ ਬੱਚਾ ਹੋਣ ਤੋਂ ਬਾਅਦ ਹਸਬੈਂਡ ਨੇ ਛੱਡਤੀ ਸੀ, ਅਤੇ ਉਹ ਕੇਸ ਮੇਰੇ ਕੋਲ ਆਇਆ, ਮੇਰੇ ਥਰੂ ਆਇਆ ਸੀਗਾ। ਮੈਂ ਇਹਨਾਂ ਨਾਲ ਗੱਲ ਕੀਤੀ ਅਤੇ ਇਹ ਜਿੰਨੇ ਵੀ ਮੇਰੇ ਨਾਲ ਫਾਊਂਡਰ ਮੈਂਬਰ ਸੀਗੇ ਆਮ ਆਦਮੀ ਪਾਰਟੀ ਦੇ, ਸਾਰੇ ਵੀ ਸਾਡੇ ਨਾਲ ਖੜ੍ਹੇ, ਅਤੇ ਅਸੀਂ ਉਸ ਕੇਸ ਦੇ ਵਿੱਚ ਉਹਨਾਂ ਦਾ ਮਤਲਬ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੜੇ। ਅਤੇ ਇਸ ਤਰ੍ਹਾਂ ਇਹ ਵੀ ਅਸੀਂ ਜਿਹੜੀ ਟੀਮ ਹੈ, ਇਹ ਟੀਮ ਦੇ ਨਾਲ ਹੀ ਮੈਂ ਸਹਿਮਤ ਹਾਂ। ਜੇ ਕੱਲ੍ਹ ਨੂੰ ਇਹ ਕੋਈ ਹੋਰ ਫੈਸਲਾ ਲੈਣਗੇ, ਬਿਲਕੁਲ ਇਹਨਾਂ ਦਾ ਨਾਲ ਹੀ ਚੱਲਣਾ ਜੀ, ਕਿਉਂਕਿ ਅਸੀਂ ਇਕੱਠੇ ਹਾਂ। ਜੇ ਇਕੱਠੇ ਹਾਂ ਤਾਂ ਹੀ ਸਾਡੀ ਕਦਰ ਹੈ, ਅਤੇ ਇਕੱਲੇ ਇਕੱਲੇ ਦਾ ਕਿਸੇ ਦਾ ਕੁਛ ਨਹੀਂ ਵੱਟਿਆ ਜਾਣਾ। ਬਾਕੀ ਜਿਹੜਾ ਅਸੀਂ ਹੁਣ ਫੈਸਲਾ ਲਿਆ, ਉਮੀਦ ਹੈ ਵੀ ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਨੂੰ ਕੁਛ ਚੰਗਾ ਕਰਕੇ ਦਿਖਾਉਣਗੇ, ਇੱਕ ਆਸ ਨਾਲ ਜੁੜੇ ਹਾਂ। ਤਾਂ ਜੇ ਇੱਧਰੋਂ ਵੀ ਕੋਈ ਗਲਤ ਫੈਸਲੇ ਹੁੰਦੇ ਆ ਤਾਂ ਕੋਈ ਗੱਲ ਨਹੀਂ, ਮੈਦਾਨ ਬਥੇਰੇ ਖੁੱਲ੍ਹੇ ਪਏ ਆ ਜੀ। ਇਹ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਗਰਮ ਵਿਜੇ ਕੁਮਾਰ ਜੀ, ਜਿਹੜੇ ਕਾਫੀ ਸਰਗਰਮ ਰਹੇ ਆ, ਉਹਨਾਂ ਦੇ ਨਾਲ ਗਗਨਦੀਪ ਜੀ ਔਲਖ ਨੇ, ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ। ਇਹ ਆਮ ਆਦਮੀ ਪਾਰਟੀ ਨਾਲ ਜੋ ਵੀ ਵਰਕਰ ਜੁੜਿਆ ਹੋਇਆ ਸੀਗਾ, ਉਹ ਇੱਕ ਆਪਦਾ ਹੱਥੀਂ ਕਿਰਤ ਕਰਨ ਵਾਲਾ ਵਿਅਕਤੀ ਸੀ, ਆਪਦਾ ਕਾਰੋਬਾਰ ਚਲਾਉਣ ਵਾਲੇ ਸੀ, ਕੋਈ ਬਹੁਤੇ ਲੈਂਡਲਾਰਡ ਜਾਂ ਅਮੀਰ ਘਰਾਣਿਆਂ ਦੇ ਵਿੱਚੋਂ ਨਹੀਂ ਸੀਗੇ। ਅਤੇ ਤਾਂ ਕਿ ਉਹਨਾਂ ਦਾ ਇੱਕ ਮਕਸਦ ਸੀ ਵੀ ਜਿਹੜਾ ਸਮਾਜ ਦੇ ਵਿੱਚ ਜਾਂ ਸਾਡੀ ਰਾਜਨੀਤੀ ਦਾ ਗੰਧਲਾਪਣ ਜਾਂ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਜੋ ਮੁੱਦੇ ਹੈ ਉਹਨਾਂ ਲਈ ਇਹ ਮੈਦਾਨ ਦੇ ਵਿੱਚ ਆਏ ਸੀ, ਕਿਉਂਕਿ ਆਮ ਆਦਮੀ ਪਾਰਟੀ ਦਾ ਕਾਫੀ ਆਧਾਰ ਸੀ, ਲੋਕਾਂ ਦੇ ਵਿੱਚ ਹੋਲਡ ਸੀਗਾ, ਇਹਨਾਂ ਨੂੰ ਇਹ ਵੀ ਉਮੀਦ ਸੀ ਵੀ ਆਮ ਆਦਮੀ ਪਾਰਟੀ ਕੁਝ ਚੰਗਾ ਕਰ ਸਕਦੀ ਹੈ। ਪਰ ਉਹ ਅੱਜ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਤਰਾਂਜਲੀ ਦੇ ਕੇ ਆਪਣਾ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨਾਲ ਜੁੜ ਚੁੱਕੇ ਗੱਲ ਕਰਦੇ ਹਾਂ। ਹਾਂਜੀ ਵਿਜੇ ਕੁਮਾਰ ਜੀ, ਕੀ ਗਿਲੇ ਸ਼ਿਕਵੇ ਨੇ ਤੁਹਾਨੂੰ ਆਮ ਆਦਮੀ? ਵੇਖੋ ਜੀ, ਅਸੀਂ 2014 ਤੋਂ ਲੱਗੇ ਹਾਂ, ਉਸ ਟਾਈਮ ਲੋਕ ਝੰਡਾ ਚੱਕਣ ਨੂੰ ਤਿਆਰ ਨਹੀਂ ਸੀ, ਬੂਥਾਂ ਦੇ ਬੰਦੇ ਬਹਿਣ ਨੂੰ ਤਿਆਰ ਨਹੀਂ ਸੀ। ਜਦੋਂ ਅਸੀਂ ਪਿੰਡਾਂ ਜਾਂਦੇ ਸੀ ਤਾਂ ਲੋਕ ਡਰਦੇ ਸੀ ਅਕਾਲੀ ਦਲ ਦਾ ਰਾਜ ਹੈਗਾ, ਵੀ ਸਾਡੇ ਕੋਲ ਡਾਂਗਾਂ ਨਹੀਂ ਖਾਈਦੀਆਂ। ਅਸੀਂ ਉਹ ਟਾਈਮ ਵੀ ਇਕੱਲੇ ਇਕੱਲੇ ਜਾ ਕੇ ਝੰਡਾ ਚੱਕ ਕੇ ਪਿੰਡਾਂ ਵਿੱਚ ਜਾਂਦੇ ਸੀਗੇ, ਲੋਕਾਂ ਕੋਲ ਪ੍ਰਚਾਰ ਕੀਤਾ, ਮੈਂਬਰਸ਼ਿਪ ਉਦੋਂ ਵਿੱਚੋਂ ਮੈਂਬਰਸ਼ਿਪ ਚੱਲੀ ਅਸੀਂ ਲੋਕਾਂ ਨੂੰ ਜੋੜਿਆ, ਨਾਲ ਮੈਂਬਰ ਬਣਾਏ। ਅਸੀਂ 2000 ਜਦੋਂ ਇਲੈਕਸ਼ਨ ਤੱਕ ਵੀ ਆ ਗਏ ਸੀ, ਲੋਕ ਸਾਡੇ ਬੂਥਾਂ 'ਤੇ ਬੰਦੇ ਬਹਿਣ ਨੂੰ ਹਜੇ ਵੀ ਤਿਆਰ ਨਹੀਂ ਸੀਗੇ, ਜਿਹੜੇ ਕਿ ਸਾਡੇ ਬੂਥ ਖਾਲੀ ਰਹੇ ਕਈ ਪਿੰਡਾਂ 'ਚ, ਅਤੇ ਅਸੀਂ ਫਿਰ ਵੀ ਪ੍ਰਵਾਹ ਨਹੀਂ ਕੀਤੀ ਸਰਕਾਰਾਂ ਤੋਂ, ਅਸੀਂ ਖੁੱਲ੍ਹ ਕੇ ਤੁਰੇ ਹਾਂ। ਪਰ ਸਾਨੂੰ ਸਾਡਾ ਕਿਸੇ ਨੂੰ ਪਤਾ ਹੀ ਨਹੀਂ, ਉਹਨਾਂ ਨੇ ਮਿਹਨਤ ਕੀਤੀ ਆ, ਜਿਹੜਾ ਕਿ ਅਸੀਂ ਇਹਦੇ ਕੰਮਾਂ ਦਾ ਨੁਕਸਾਨ ਕਰ ਲਿਆ, ਅਸੀਂ ਘਾਟੇ ਖਾ ਲਿਆ, ਕੰਮ ਛੱਡਿਆ, ਸਿਰ ਪਤਾ ਕਿਹਨੂੰ ਮਲੋਟ ਵਾਲਿਆਂ ਨੂੰ, ਹੋਰ ਕਿਸੇ ਨੂੰ ਪਤਾ ਹੀ ਨਹੀਂ। ਇਹਨਾਂ ਨੇ ਮਿਹਨਤ ਕੀਤੀ ਆ, ਅਸੀਂ ਉਸ ਤੋਂ ਬਾਅਦ ਵੀ ਯਾਦ ਸਾਹਿਬ ਕੋਲ ਗੱਲਾਂ ਕਰਦੇ ਰਹੇ, ਯਾਦ ਸਾਹਿਬ ਤੁਸੀਂ ਸ਼ਹਿਰ ਆਓ, ਆਪਾਂ ਮੀਟਿੰਗ ਕਰੀਏ, ਵੀ ਜਿਹੜੇ ਚਲੋ ਆਪਣਾ ਗ੍ਰਾਫ ਡਿੱਗਿਆ ਆਪਾਂ ਦੁਬਾਰਾ ਉਹਨਾਂ ਨੂੰ ਉਹ ਵਰਕਰ ਨੂੰ ਮਲਾਈਏ ਚਲਾਈਏ। ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਬੈਠੇ ਪਹਿਲਾਂ ਜਦੋਂ ਹਾਰ ਦੇ ਕਾਰਨ ਬਣੇ, ਉਸ ਤੋਂ ਬਾਅਦ ਢਾਂਚਾ ਘਰੇ ਬੈਠ ਕੇ ਬਣਦਾ ਸੀਗਾ, ਫਲਾਣਾ ਬਲਾਕ ਪ੍ਰਧਾਨ ਬਣ ਗਿਆ, ਅਸੀਂ ਸਿਰਫ ਫੇਸਬੁੱਕ 'ਤੇ ਵਹਿੰਦੇ ਸੀਗੇ ਆਹ ਪ੍ਰਧਾਨਗੀਆਂ ਵੰਡੀਆਂ ਗਈਆਂ। ਅਸੀਂ ਇੱਕ ਵਾਰੀ ਇਤਰਾਜ਼ ਵੀ ਕੀਤਾ ਸੀ, ਚਲੋ ਜਿਹੜੀ ਗਲਤੀ ਹੋ ਗਈ ਦੂਜੀ ਵਾਰੀ ਗਲਤੀ ਨਾ ਕੀਤੀ ਜਾਵੇ, ਵੀ ਸਾਨੂੰ ਪੁੱਛ ਕੇ ਜਿਹੜਾ ਸ਼ਹਿਰ ਦਾ ਫੈਸਲਾ ਕੀਤਾ ਜਾਵੇ। ਆਜ਼ਾਦ ਸਾਹਿਬ ਨੇ ਫਿਰ ਬੈਠੇ ਘਰੇ ਪ੍ਰਧਾਨ ਬਣਾ ਤੇ ਮਲੋੜ ਦੇ, ਸਾਨੂੰ ਕੋਈ ਮਿਲ ਨਹੀਂ ਬੰਦਾ ਆਇਆ, ਕੋਈ ਸਾਨੂੰ ਲੀਡਰ ਨਹੀਂ ਮਿਲਣਾ ਆਇਆ, ਵੀ ਇਹਨਾਂ ਨੇ ਮਿਹਨਤ ਕੀਤੀ ਆ, ਸਾਡੇ ਵਿੱਚ ਕਮੀ ਸੀ ਦੀ, ਜਾਂ ਕਮੀ ਸਾਨੂੰ ਦੱਸਣ ਵੀ ਸਾਡੇ 'ਚ ਆਹ ਕਮੀ ਹੈਗੀ ਸੀਗੀ, ਅਸੀਂ ਫਿਰ ਗੱਲ ਕਰਦੇ ਵੀ ਅਸੀਂ ਸਾਡੇ 'ਚ ਕਮੀ ਰਹਿ ਗਈ, ਸਾਡੇ ਹਾਰ ਦਾ ਕਾਰਨ ਕੀ ਬਣੇ ਆ, ਸਾਡੇ ਕੋਲ ਕੋਈ ਚੱਲ ਕੇ ਨਹੀਂ ਆਇਆ, ਜਿਹੜਾ ਕਿ ਅਸੀਂ ਲਗਾਤਾਰ 4-5 ਸਾਲਾਂ ਦੇ ਕੰਮ ਵੀ ਛੱਡੀ ਰੱਖੇ ਆ, ਪੂਰੀ ਮਿਹਨਤ ਕੀਤੀ ਆ, ਘਰ ਘਰ ਪ੍ਰਚਾਰ ਕੀਤਾ ਗਾ। ਹਾਲਾਂਕਿ ਮੇਰੇ ਨਾਲ ਕਾਫੀ ਸਾਥੀ ਇਹੋ ਜਿਹੇ ਨੇ ਮੇਰੇ ਨਾਲ ਖੜ੍ਹੇ ਆ, ਅਤੇ ਮੈਂ ਲਗਭਗ ਉਹਦੇ ਵੀ 30-40 ਪਰਿਵਾਰਾਂ ਨੂੰ ਪਾਰਟੀ ਨਾਲ ਜੁਆਇਨ ਕਰਵਾਤਾ, ਅਤੇ ਲਗਭਗ 150-200 ਬੰਦੇ ਨੂੰ ਪਾਰਟੀ ਜੁਆਇਨ ਕੁਛ ਦਿਨਾਂ 'ਚ ਕਰਵਾਉਣ ਜਾ ਰਿਹਾ। ਤੁਸੀਂ ਕਾਫੀ ਕਲੋਜ਼ ਰਹੇ ਹੋ, ਜਿਹੜੀ ਕਿ ਲੀਡਰਸ਼ਿਪ ਦੇ ਕਲੋਜ਼ ਰਹੇ ਹੋ, ਤੁਹਾਡੀ ਗੱਲਬਾਤ ਵੀ ਹੁੰਦੀ ਰਹੀ ਹੈ, ਤੁਸੀਂ ਜ਼ਿਆਦਾ ਕਿਹਨੂੰ ਦੋਸ਼ੀ ਮੰਨਦੇ ਹੋ ਇਹ ਤੁਹਾਨੂੰ ਪਾਰਟੀ ਛੱਡਣ ਲਈ ਜਿਹੜਾ ਮਜਬੂਰ ਹੋਣਾ ਪਿਆ, ਕੌਣ ਨੇ ਇਹਦਾ ਮੁੱਖ ਕਾਰਨ ਜਿਹੜਾ ਉਹ ਕੌਣ ਨੇ? ਟੂ ਬੀ ਵੈਰੀ ਫਰੈਂਕ, ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਬਹੁਤ ਵੱਡਾ ਕਾਰਨ ਹੈ, ਕਿਉਂਕਿ ਹਲਕੇ ਦੀ ਜਿਹੜੀ ਸਾਡੀ ਪਕੜ ਸੀ, ਜਿਹੜਾ ਸਾਡਾ ਵਰਕਰ ਹੈ,
ਉਹ ਸਾਡੀ ਜਾਨ ਹੈ, ਸਾਡੇ ਵਰਕਰ ਨੂੰ ਦੋਸ਼ੀ ਮੰਨਦੇ ਹੋ। ਸਾਡੇ ਸਾਹਮਣੇ ਉਹਨਾਂ ਨੇ ਇਹ ਗੱਲਾਂ ਬਹੁਤ ਵਾਰ ਕਹੀਆਂ ਵੀ ਮੈਨੂੰ ਸ਼ਹਿਰ ਦੇ ਵਰਕਰਾਂ ਨੇ ਹਰਾਇਆ। ਔਰ ਸ਼ਹਿਰ ਦੇ ਵਰਕਰ ਦਾ ਕਸੂਰ ਕੀ ਹੈ ਜੀ? ਸਭ ਤੋਂ ਵੱਡੇ ਦੋਸ਼ੀ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਹੈ। ਸ਼ਹਿਰ ਦੇ ਵਰਕਰ ਨੇ ਉਹਨਾਂ ਲਈ ਦਿਨ ਰਾਤ ਇੱਕ ਕੀਤਾ, 5 ਮਿੰਟ ਵੀ ਕਿਸੇ ਨੇ ਸਮਾਂ ਕੱਢ ਕੇ ਸਾਡੀ ਪਾਰਟੀ ਲਈ ਕੰਮ ਕੀਤਾ ਅਤੇ ਅਸੀਂ ਉਹਦੇ ਰਿਣੀ ਹਾਂ, ਇਕੱਲੀ ਵੋਟ ਵੀ ਪਾਈ ਆ, ਅਸੀਂ ਉਹਦੇ ਦੇਣਦਾਰ ਹਾਂ, ਫਿਰ ਉਹ ਦੋਸ਼ੀ ਕਿਵੇਂ ਹੋ ਗਿਆ? ਉਹਦੇ ਉਲਟ ਜਿਹੜਾ ਪਾਰਟੀ ਲਈ ਜਿਹਨੇ 2 ਮਹੀਨੇ ਵੀ ਕੰਮ ਕੀਤਾ ਜਾਂ ਜਿਹਨੇ 2 ਦਿਨ ਵੀ ਕੀਤਾ, ਉਹਨਾਂ ਨੇ ਜ਼ੋਰ ਲਾਇਆ ਆਜ਼ਾਦ ਸਾਹਿਬ ਨੂੰ ਜਿਤਾਉਣ ਲਈ, ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ। ਪਰ ਹੋਇਆ ਕਿ ਵੀ ਸ਼ਹਿਰ ਦੇ ਵਰਕਰਾਂ ਦੀ ਮਿਹਨਤ ਜਿਹੜੀ ਆ ਉਹ ਜ਼ਾਇਆ ਗਈ ਸਾਡੀਆਂ ਨਲੈਕੀਆਂ ਕਰਕੇ, ਸਾਡੀ ਪਾਰਟੀ ਦੀਆਂ ਨਲੈਕੀਆਂ ਕਰਕੇ। ਅਸੀਂ ਇੱਕ ਨੰਬਰ ਡਿਸਪਲੇ ਕੀਤਾ, ਪਬਲਿਕ ਸਿੱਧਾ ਜਿਹੜਾ ਆਜ਼ਾਦ ਸਾਹਿਬ ਨਾਲ ਜੁੜ ਰਹੀ ਆ, ਜਿਸ ਏਰੀਏ ਦੀ ਪਬਲਿਕ ਸੀ ਉਸ ਏਰੀਏ ਦੇ ਵਿੱਚ ਬੰਦਾ ਹਾਈਲਾਈਟ ਹੀ ਨਹੀਂ ਕੀਤਾ। ਉਹ ਪਬਲਿਕ ਕਿਹਨੂੰ ਮਿਲੇ? ਉਹ ਸਿੱਧਾ ਆਜ਼ਾਦ ਸਾਹਿਬ ਦੀ ਬੋਰਡ 'ਤੇ ਫੋਟੋ ਦੇਖ ਰਹੀ, ਆਜ਼ਾਦ ਸਾਹਿਬ ਨਾਲ ਮਿਲਣ ਦੀ ਕੋਸ਼ਿਸ਼ ਕਰਦੀ, ਆਜ਼ਾਦ ਸਾਹਿਬ ਸਾਰਿਆਂ ਨੂੰ ਮਿਲ ਨਹੀਂ ਸਕਦੇ ਸੀ। ਔਰ ਆਪਦੇ ਵਰਕਰ ਨੂੰ ਲੋਕਾਂ ਨੇ ਜਿਹੜਾ ਸੀਗਾ ਇਗਨੋਰ ਕੀਤਾ, ਵੀ ਇਹਨੂੰ ਤਾਂ ਸ਼ਾਇਦ ਕੋਈ ਜਾਣਦਾ ਨਹੀਂ, ਨਾ ਇਹਦੀ ਕਿਤੇ ਫੋਟੋ ਲੱਗੀ, ਨਾ ਇਹਦਾ ਨੰਬਰ ਹੈ। ਇਹ ਤਾਂ ਵੈਸੇ ਹੀ ਹੈ, ਆਪਦੇ ਵਰਕਰ ਦੀ ਤਾਕਤ ਆਪ ਘੱਟ ਕਰਨਾ, ਫਿਰ ਰਿਜ਼ਲਟ ਨੈਗੇਟਿਵ ਆਇਆ, ਫਿਰ ਉਸ ਵਰਕਰ ਨੂੰ ਡੀਮੋਰਲਾਈਜ਼ ਕਰਨਾ, ਫਿਰ ਉਹਨਾਂ 'ਚ ਕਮੀਆਂ ਕੱਢਣੀਆਂ। ਮੈਨੂੰ ਸ਼ਹਿਰ ਨੇ ਹਰਾਤਾ ਜੀ, ਬਹੁਤ ਵਾਰ ਉਹਨਾਂ ਨੇ ਇਹ ਗੱਲਾਂ ਕਹੀਆਂ, ਅਸੀਂ ਇਹਨਾਂ ਵਰਕਰਾਂ ਦੀ ਲੜਾਈ ਲੜੀ, ਅਸੀਂ ਆਜ਼ਾਦ ਸਾਹਿਬ ਨੂੰ ਕਹਿੰਦੇ ਸਰ ਇਹਨਾਂ ਦਾ ਕਸੂਰ ਕੋਈ ਨਹੀਂ, ਇਹਨਾਂ ਨੇ ਕੰਮ ਕੀਤੇ, ਇਹਨਾਂ ਨੂੰ ਐਪਰੀਸ਼ੀਏਸ਼ਨ ਦਿਓ ਵੀ ਕੋਈ ਗੱਲ ਨਹੀਂ ਕਾਕਾ, ਇੱਕ ਵਾਰ ਹਾਰ ਗਏ ਆਪਾਂ, ਨੈਕਸਟ ਟਾਈਮ ਆਪਾਂ ਇਹਨੂੰ ਚੰਗਾ ਕਰਾਂਗੇ। ਇਹਨਾਂ ਦਾ ਪਿੱਠ ਥਾਪੜੋ, ਇਹਨਾਂ ਨੂੰ ਹੌਸਲਾ ਦਿਓ। ਹੌਸਲਾ ਨਾ ਦੇ ਕੇ ਸੰਪਰਕ ਤੋੜਿਆ, ਵਰਕਰ ਨੂੰ ਇਗਨੋਰ ਕੀਤਾ, ਜੇ ਅਸੀਂ ਕਹਿੰਦੇ ਸੀ ਤਾਂ ਸਾਡੇ ਨਾਲ ਵੀ ਗੁੱਸਾ, ਕਿਉਂ ਤੁਸੀਂ ਮੈਨੂੰ ਸਮਝਾਉਂਦੇ ਹੋ? ਮੈਂ 40 ਸਾਲ ਬੱਚੇ ਪੜ੍ਹਾਏ ਆ, ਵਾਰ ਵਾਰ ਉਹਨਾਂ ਨੇ ਇਹ ਗੱਲਾਂ ਕਹੀਆਂ। ਮੈਂ ਉਹਨਾਂ ਦਾ ਕਵਰਿੰਗ ਕੈਂਡੀਡੇਟ ਸੀ, ਅਸੀਂ ਉਹਨਾਂ ਦੇ ਬਹੁਤ ਨੇੜੇ ਸੀ, ਬਹੁਤ ਨੇੜੇ ਹੋਣ ਕਰਕੇ ਸਾਡਾ ਫਰਜ਼ ਬਣਦਾ ਵੀ ਇਹ ਜਿਹੜੇ ਵਰਕਰ ਹੈ ਇਹਨਾਂ ਦੀ ਲੜਾਈ ਲੜਨੀ ਹੈ ਜਾਂ ਇਹਨਾਂ ਦੀ ਕੋਈ ਵੀ ਗੱਲ ਹੈ ਤਾਂ ਸਾਡਾ ਫਰਜ਼ ਬਣਦਾ। ਇਹਨਾਂ ਨੇ ਸਾਨੂੰ ਅੱਗੇ ਲਾਇਆ, ਇਹਨਾਂ ਦੀ ਕਹੀ ਹੋਈ ਹਰ ਗੱਲ ਉੱਪਰ ਤੱਕ ਲੈ ਕੇ ਜਾਈਏ, ਅਸੀਂ ਉਹ ਗੱਲਾਂ ਲੈ ਕੇ ਜਾਂਦੇ ਰਹੇ ਅਤੇ ਅਸੀਂ ਮਾੜੇ ਹੋ ਗਏ, ਸਾਡੇ 'ਚ ਕਮੀਆਂ ਕੱਢੀਆਂ ਗਈਆਂ, ਸਾਡੇ ਵਰਕਰ 'ਚ ਕਮੀਆਂ ਕੱਢੀਆਂ ਗਈਆਂ, ਅਸੀਂ ਇਹਨਾਂ ਵਰਕਰਾਂ ਨੂੰ ਨਹੀਂ ਛੱਡਣਾ। ਵਰਕਰ ਆਦੇਸ਼ 'ਤੇ ਅਸੀਂ ਪੰਜਾਬੀ ਏਕਤਾ ਪਾਰਟੀ ਜੁਆਇਨ ਕੀਤੀ ਹੈ। ਵਰਕਰ ਆਦੇਸ਼ ਇਹ ਜਿਹੜਾ 200 ਬੰਦਾ ਉਸ ਦਿਨ ਜੁਆਇਨ ਕਰ ਗਿਆ ਜੀ, ਇਹ ਇਮੀਜੀਏਟ ਕਾਲ 'ਤੇ ਹੋਇਆ। ਇਮੀਜੀਏਟ ਕਾਲ 'ਤੇ 200 ਬੰਦਾ ਅਸੀਂ ਨਾਲ ਲੈ ਕੇ ਜਿਹੜਾ ਉੱਧਰ ਜੁਆਇਨ ਕਰ ਗਏ ਹਾਂ। ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਅਸੀਂ ਪਿੰਡਾਂ ਦੇ ਪਿੰਡ ਜੁਆਇਨ ਕਰਾਵਾਂਗੇ। ਜਦੋਂ ਇਹ ਫੈਸਲਾ ਤੁਸੀਂ ਲਿਆ ਗਿਆ, ਯਾਨੀ ਕਿ ਪਾਰਟੀ ਨੂੰ ਛੱਡਣ ਦਾ ਫੈਸਲਾ ਜਿਹੜਾ ਤੁਸੀਂ ਲਿਆ, ਉਦੋਂ ਤੁਹਾਡੀ ਕੋਈ ਪਾਰਟੀ ਦੇ ਮੇਨ ਲੀਡਰ, ਪੰਜਾਬ ਦੇ ਲੀਡਰ, ਕੋਈ ਆਗੂ ਨਾਲ ਗੱਲ ਹੋਈ ਤੁਹਾਡੀ ਆਮ ਆਦਮੀ ਪਾਰਟੀ? ਜੀ ਬਿਲਕੁਲ, ਉਸ ਦਿਨ ਹਲਕਾ ਇੰਚਾਰਜ ਸਾਹਿਬ ਜਿਹੜੇ ਹੁਣ ਲਾਏ ਸਾਡੇ ਨਵੇਂ ਸਾਥੀ ਹੈ, ਸਾਡੇ ਭਰਾ ਹੀ ਆ, ਉਹਨਾਂ ਨਾਲ ਗੱਲ ਹੋਈ, ਜ਼ਿਲ੍ਹਾ ਪ੍ਰਧਾਨ ਸਾਹਿਬ ਨਾਲ ਲਗਾਤਾਰ ਗੱਲ ਹੋਈ। ਜ਼ਿਲ੍ਹਾ ਪ੍ਰਧਾਨ ਸਾਹਿਬ ਜਦੋਂ ਅਸੀਂ ਜੁਆਇਨ ਹੋਏ ਹਾਂ ਉੱਥੋਂ ਤੱਕ ਵੀ ਆਏ ਆ, ਪਰ ਉਹਨਾਂ ਨੇ ਕੋਈ ਸਾਰਥਕ ਰੋਲ ਪਲੇ ਨਹੀਂ ਕੀਤਾ, ਕਿਉਂਕਿ ਵਰਕਰ ਨਾਰਾਜ਼ ਔਰ ਨਿਰਾਸ਼ ਹੈ ਆਜ਼ਾਦ ਸਾਹਿਬ ਦੀ ਕਾਰਗੁਜ਼ਾਰੀ ਤੋਂ, ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੈ ਵਰਕਰ, ਔਰ ਹਲਕਾ ਇੰਚਾਰਜ ਨੂੰ ਆ ਕੇ ਡਿਫੈਂਡ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਕਰ ਰਹੇ ਸੀ, ਤਾਂ ਫਿਰ ਜਵਾਬ ਨਹੀਂ ਮਿਲ ਰਿਹਾ ਉਹਨਾਂ ਨੂੰ। ਪਾਰਟੀ ਨੇ 5 ਵਾਰ ਸਾਡੇ ਨਾਲ ਗੋਰਾ ਫਿਰੋਜ਼ ਸ਼ਾਹ ਸਾਹਿਬ ਦੀਆਂ ਮੀਟਿੰਗਾਂ ਕਰਵਾਈਆਂ, ਪਾਰਟੀ ਨੇ ਗੁਰਦੁਆਰਾ ਸਿੰਘ ਸੇਖੋਂ ਸਾਹਿਬ ਨੂੰ ਭੇਜਿਆ, ਉਹਨਾਂ ਨੇ ਮੀਟਿੰਗ ਕੀਤੀ। ਅਸੀਂ ਹਰ ਵਾਰ ਉਹਨਾਂ ਨੂੰ ਕਿਹਾ ਜੀ ਸਾਡੇ ਆ ਸਵਾਲ ਆ, ਸਾਨੂੰ ਜਵਾਬ ਤਾਂ ਦਿਵਾਓ ਨਾ, ਅਸੀਂ ਲਗਾਤਾਰ ਕਮਜ਼ੋਰ ਹੋ ਰਹੇ ਹਾਂ। ਔਰ ਉਹਦਾ ਜਿਹੜਾ ਮੁੱਖ ਕਾਰਨ ਹੈ, ਉਹ ਕਾਰਨ ਸਾਡੇ ਸਾਹਮਣੇ ਬਿਠਾ ਕੇ ਸਾਡੇ ਹਲਕਾ ਇੰਚਾਰਜ ਨਾਲ ਡਿਸਕਸ ਤਾਂ ਕਰੋ ਨਾ ਜੀ, ਸਾਡੀ ਟੀਮ ਦੀ ਡਿਸਕਸ਼ਨ ਕਰਵਾਓ, ਸਾਡੇ ਵਰਕਰਾਂ ਦੀ ਡਿਸਕਸ਼ਨ ਕਰਵਾਓ। ਥਾਣੇ ਸਿਟੀ ਨਹੀਂ ਪਹੁੰਚਦੇ, ਵਰਕਰਾਂ ਦਾ ਫੋਨ ਨਹੀਂ ਚੱਕਦੇ, ਤੁਸੀਂ ਫੋਨ ਕਰ ਲਓ ਜੀ, ਪੱਤਰਕਾਰਾਂ ਦਾ ਫੋਨ ਵੀ ਨਹੀਂ ਚੱਕਦੇ ਵੀ ਉਹ ਕਿਉਂ ਨਹੀਂ ਚੱਕਦੇ, ਤੁਸੀਂ ਕਾਰਨ ਪੁੱਛੋ ਉਹਨਾਂ ਨੂੰ। ਇਹ ਕਾਰਨ ਨਹੀਂ ਪੁੱਛੇ ਗਏ। ਲਾਸਟ ਟਾਈਮ ਜਿਸ ਦਿਨ ਅਸੀਂ ਜੁਆਇਨ ਕੀਤੇ ਉਸ ਦਿਨ ਵੀ ਸਾਡੀ ਗੱਲ ਹੋਈ ਹੈ ਰਮੇਸ਼ ਜੀ ਨਾਲ, ਅਮਨ ਅਰੋੜਾ ਸਾਹਿਬ ਸਾਡੇ ਸਾਬਕਾ ਵਾਈਸ ਪ੍ਰਧਾਨ ਪੰਜਾਬ ਜਿਹੜੇ ਆ ਉਹਨਾਂ ਨਾਲ ਗੱਲ ਹੋਈ, ਉਹਦੇ ਬਾਰੇ ਤੁਹਾਨੂੰ ਰਮੇਸ਼ ਜੀ ਦੱਸਣਗੇ ਵੀ ਉਹ ਕੀ ਗੱਲ ਹੋਈ ਆ। ਔਰ ਉਹਨਾਂ ਦਾ ਜਵਾਬ ਜਿਹੜਾ ਬੇਹੱਦ ਨਿਰਾਸ਼ਾਯੋਗ ਸੀ, ਉਹ ਰਮੇਸ਼ ਜੀ ਜ਼ਿਆਦਾ ਚਾਨਣਾ ਪਾਉਣਗੇ ਉਸ ਗੱਲ 'ਤੇ।
ਦੇ ਲੋਕਾਂ ਲਈ ਚਾਹੁੰਦੇ ਸੀ, ਇਹਨਾਂ ਨੇ ਉਹ ਪਾਰਟੀ ਜੁਆਇਨ ਕੀਤੀ ਹੈ, ਇਹਨਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਹੈ ਜਾਂ ਇਹ ਉੱਥੋਂ ਨਿਰਾਸ਼ ਹੁੰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਹਰਦੀਪ ਸਿੰਘ ਖਾਲਸਾ, ਪ੍ਰਾਈਮ ਪੰਜਾਬ ਨਿਊਜ਼, ਮਲੌਟ।